ਮੈਨੂੰ ਪਤਾ ਨਹੀਂ ਕੀ ਕਹੂਗਾ ਮੈਨੂੰ ਫੋਨ ਹੋ ਰਿਹਾ ਯਾਰ ਕੋ ਗਾਲ ਨਾ ਕੱਢੇ ਮੈਂ ਬੀਪ ਕਰ ਦੇ ਜਾਂਗਾ ਉਹ ਚੱਕ ਲੈ ਉਹ ਮੈਂ ਨਾ ਇੰਟਰਵਿਊ 'ਚ ਬੈਠਾ ਬਾਬਾ ਜੀ ਕੋਈ ਗਲਤ ਨਹੀਂ ਬੋਲਣਾ ਕੁਛ ਤਾਂ ਬਾਈ ਇੱਕ ਵਾਰ ਚਲੋ ਹੈਲੋ ਕਹਿ ਦਿਓ ਸਤਿ ਸ਼੍ਰੀ ਅਕਾਲ ਕਹਿ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਅਸ ਤੁਹਾਨੂੰ ਦੇਖ ਰਿਹਾ ਸਾਰੇ ਹੈਲੋ ਐਵਰੀਬਾਡੀ ਹਾਂ ਚਲੋ ਆਪਣੀ ਮਰਜ਼ੀ ਕਰੋ ਕਹਿੰਦਾ ਚੱਕ ਕੇ ਬਾਈ ਕੁਛ ਇੰਗਲਿਸ਼ 'ਚ ਬੋਲੋ ਕਿਉਂਕਿ ਸਾਡੇ ਜਿਹੜੇ ਉਹ ਵਿਊਅਰਸ ਹੈਗੇ ਨਾ ਉਹ ਕੁਛ ਇੰਗਲਿਸ਼ ਮੀਡੀਅਮ ਵਾਲੇ ਵੀ ਹੈਗੇ ਆ ਨਿਮਰਤ ਕਚਹਿਰੀ ਗਾਣਾ ਨਿਮਰਤ ਵੀ ਉਧਰੋਂ ਹੀ ਕਚਹਿਰੀ ਚੰਨਾ ਉਸ ਗਾਣੇ ਦੇ ਵਿੱਚ ਮੈਂ ਏਡੀ ਸੀਗਾ ਬਾਈ ਜੀ ਜਿਹੜਾ ਉਹ ਨਿਮਰਤ ਦੇ ਗਾਣੇ ਏਡੀ ਸੀਗੇ ਹਾਂਜੀ ਔਰ ਉਹ ਜਿਹੜਾ ਗਾਣਾ ਸੀ ਨਾ ਮੈਂ ਦੇਖਾਂ ਤੇਰੀ ਫੋਟੋ ਉਹ ਗਾਣੇ ਦੇ ਚੈੱਕ ਕਰ ਲਿਓ ਪਿੱਛੇ ਇਹਨੇ ਇੱਕ ਸੀਨ ਆਉਂਦਾ ਉਹਦੇ ਵੀਡੀਓ ਦੇ ਵਿੱਚ ਅੱਜ ਕਰਨ ਸੈਂਬੀ ਦੇ ਕਰਨ ਸੈਂਬੀ ਦੇ ਪਾਰਟੀ ਦੇ ਵਿੱਚ ਕਰਨ ਬਾਈ ਖੜਾ ਹੁੰਦਾ ਤੇ ਪਿੱਛੇ ਇਹਦੇ ਮੁੰਡੇ ਦੇ ਖੜੇ ਹੁੰਦੇ ਆ ਕੋਟ ਪੈਂਟ ਪਾ ਕੇ ਕਰਮਾਨ ਬੇਜਲ ਵੀ ਖੜਾ ਤੁਹਾਨੂੰ ਦਿਖੂਗਾ ਅੱਜ ਵੀ ਚੈੱਕ ਕਰ ਲਓ ਅਰਮਾਨ ਨੂੰ ਕਦੋਂ ਪਤਾ ਲੱਗਿਆ ਕਿ ਹਾਂ ਬਈ ਚੱਲ ਹੁਣ ਵਧੀਆ ਚੱਲ ਸਿੰਗਰ ਸੁੰਗਰ ਬਣ ਗਏ ਲੋਕ ਹੁਣ ਪਿਆਰ ਕਰਨ ਲੱਗ ਗਿਆ ਹੁਣ ਥੋੜਾ ਕੰਮ ਸੂਤ ਦਾ ਸੈੱਟ ਮੇਰਾ ਗਾਣਾ ਸੀਗਾ ਜੱਟ ਜਾਨਵਰ ਦਾ ਸ਼ਹਿਨਾਜ਼ ਕੌਰ ਗਿੱਲ ਉਹਦੇ ਵਿੱਚ ਹੈਗੇ ਸੀਗੇ ਅਸੀਂ ਸਾਡੇ ਸੰਗਰੂਰ ਹੀ ਸ਼ੂਟ ਕੀਤਾ ਪਹਿਲਾ ਗਾਣਾ ਮੇਰਾ ਉਹ ਹਾਲਾਂਕਿ ਰਿਲੀਜ਼ ਉਹ ਬਾਅਦ ਚ ਮੇਰੇ ਖਿਆਲ ਤੋਂ ਸ਼ਹਿਨਾਜ਼ ਵੀ ਫਸਟ ਵੀਡੀਓ ਸੀ ਉਹਨਾਂ ਦੀ ਫਿਰ ਪਹਿਲੀ ਸੀ ਤੇ ਅਸੀਂ ਸਾਡੇ ਸੰਗਰੂਰ ਸ਼ੂਟ ਕੀਤਾ ਉਹ ਬੜਾ ਵਧੀਆ ਰਿਹਾ ਸਾਡਾ ਕੰਮ ਹਨਾ ਮੈਂ ਕਿਹਾ ਉਸ ਟਾਈਮ ਕੰਪੀਟੀਸ਼ਨ ਚੱਲਦਾ ਹੁੰਦਾ ਸੀਗਾ ਜਸ਼ਨ ਨੰਨੜ ਤੇ ਪਰਮੇਸ਼ ਵਰਮਾ ਦਾ ਡਾਇਰੈਕਸ਼ਨ ਦਾ ਮੈਂ ਪਰਮੇਸ਼ ਵੀਰ ਨੂੰ ਇਵਨ ਦੇਖਿਆ ਹੀ ਮੈਂ ਜਸ਼ਨ ਵੀਰ ਵੀ ਉਹ 10 ਮਿੰਟ ਵਾਲਾ ਗਾਣਾ ਸੀਗਾ ਸੀਪੀ ਵੀਰ ਦਾ ਪਰ ਜਸ਼ਨ ਵੀਰ ਨੇ ਡਾਇਰੈਕਟ ਕੀਤਾ ਸੀ ਸੀਪੀ ਬਾਈ ਦਾ 10 ਮਿੰਟ ਗਾਣਾ ਸੀਗਾ 10 ਮਿੰਟ ਦਾ ਉਹ ਪਰਮੇਸ਼ਰ ਨੇ ਪਹਿਲੀ ਵਾਰ ਉੱਥੇ ਦੇਖਿਆ ਸੀ ਮੈਂ ਅੱਛਾ ਮੈਂ ਉਹਦੇ ਚ ਵੀਰਾ ਐਜ਼ ਅ ਫੀਚਰ ਕੀਤਾ ਸੀ ਵੀਰ ਨੇ ਪਰਮੇਸ਼ ਵੀਰ ਨੇ ਉੱਚੇ ਰੱਖ ਦੀ ਖਿਆਲ ਨਖਰੋ ਚੁੰਨੀ ਮੈਲੀ ਉਹ ਕਰਾ ਨਹੀਂ ਸਕਦੀ ਕਹਿੰਦੀ ਗੁਰੂ ਖਰੇ ਲਾਵਾਂ ਲੈਣੀਆਂ ਵੇ ਕੋਟ ਮੈਰਿਜ ਕਰਾ ਨਹੀਂ ਸਕਦੀ ਉਹ ਕਹਿੰਦੀ ਗੁਰੂ ਖਰੇ ਲਾਵਾਂ ਲੈਣੀਆਂ ਕੋਟ ਮੈਰਿਜ ਕਰਾ ਨਹੀਂ ਸਕਦੀ ਚਿੱਲ ਵਾਈਬ ਏ ਮਾਹੌਲ ਪੂਰਾ ਕੈਂਟ ਏ ਕਿਉਂਕਿ ਇਹ ਚਿੱਲ ਵਾਈਬ ਤੇ ਮਾਹੌਲ ਕੈਂਟ ਤਾਂ ਹੀ ਹੁੰਦਾ ਜਦੋਂ ਤੁਹਾਡੇ ਕੋਲ ਜਿਹੜਾ ਬੰਦਾ ਬੈਠਾ ਹੋਇਆ ਥੋੜੀ ਆਪਦੀ ਉਹਨੂੰ ਹਾਣੀ ਤਾਂ ਲੱਗੇ ਅਤੇ ਦੂਜੀ ਗੱਲ ਇਹ ਉਹਨਾਂ ਨਾਲ ਬੈਠ ਕੇ ਥੋੜ੍ਹਾ ਜਿਹਾ ਨਾ ਮੂਡ ਥੋੜ੍ਹਾ ਨਾ ਲਾਈਟ ਲਾਈਟ ਰਹਿੰਦਾ ਆ ਤਾਂ ਮੇਰੇ ਨਾਲ ਅਰਮਾਨ ਬਾਈ ਬੈਠਾ ਹੋਇਆ ਅਰਮਾਨ ਬੇਦਿਲ ਮੈਨੂੰ ਐਂ ਲੱਗਦਾ ਕਿ ਅਰਮਾਨ ਨੂੰ ਸੁਣਿਆ ਤਾਂ ਸਾਰਿਆਂ ਨੇ ਪਰ ਅੱਜ ਅਸੀਂ ਜਾਣਾਂਗੇ ਕੀ ਹਾਲ ਚਾਲ ਸੋਹਣਿਆ ਸੁਨੱਖਿਆ ਮੁੰਡੇ ਆ ਚੈੱਕ ਸ਼ਰਟਾਂ ਵਾਲੇ ਆ ਬਹੁਤ ਨਜ਼ਾਰੇ ਦਰ ਫਿਲਮ ਫੁਲਮ ਆ ਰਹੀ ਹੁਣ ਦੂਜੀ ਚਾਹ ਪੂਰਾ ਮਿਹਨਤ ਕਰ ਰਹੇ ਹਾਂ ਮੇਰੇ ਬਸ ਹਾਂ ਕੋਸ਼ਿਸ਼ ਕਰ ਰਹੇ ਹਾਂ ਬਸ ਕਿੰਨਾ ਕੁ ਚਾਹ ਬਈ ਫਿਲਮ ਦਾ ਬਹੁਤ ਇਹਦੇ ਪਿੱਛੇ ਵੇਟ ਕਿੰਨੀ ਕੁ ਹੁੰਦੀ ਹੈ ਬੰਦੇ ਦੀ ਮਤਲਬ ਕਿ ਮੈਨੂੰ ਲੱਗਦਾ ਕਿ ਸਿੰਗਰ ਦੀ ਜ਼ਿਆਦਾ ਵੇਟ ਹੁੰਦੀ ਹੈ ਹੈ ਨਾ ਸਿੰਗਰ ਉਹੀ ਗੱਲ ਫਿਰ ਆ ਗਈ ਯਾਰ ਵੀ ਸਿੰਗਰ ਵੀ ਐਕਟਰ ਸਿੰਗਰ ਐਕਟਰ ਲੋਕ ਐਂ ਲੱਗਦਾ ਵੀ ਸਿੰਗਰ ਨੇ ਤਾਂ ਐਕਟਰ ਹੋ ਹੀ ਜਾਊਗਾ ਜੇ ਕਿਸੇ ਵੀ ਬੰਦੇ ਨੂੰ ਇਹ ਮੌਕਾ ਮਿਲਦਾ ਫਿਲਮ ਕਰਨ ਦਾ ਨਾ ਤਾਂ ਇਹ ਸਟਾਰਟ ਪਹਿਲਾਂ ਕਦੋਂ ਹੁੰਦਾ ਸਟਾਰਟ ਹੁੰਦਾ ਪਹਿਲਾਂ ਸਕ੍ਰਿਪਟ ਲੱਭਦਾ ਬੰਦਾ ਫਿਰ ਬੰਦੇ ਨੇ ਕਿੱਦਾਂ ਕੌਣ ਕਰੈਕਟਰਸ ਨੇ ਪ੍ਰੋਡਿਊਸਰਸ ਆਉਂਦੇ ਆ ਪੈਸੇ ਕੌਣ ਲਾਊਗਾ ਪੈਸੇ ਲਾਉਣ ਵਾਲਾ ਵੀ ਆ ਗਿਆ ਫਿਰ ਮਿਊਜ਼ਿਕ ਕੌਣ ਕਰੂਗਾ ਫਿਲਮ ਡਾਇਰੈਕਟ ਕੌਣ ਕਰੂਗਾ ਇਹ ਕਰੂਗਾ ਬਹੁਤ ਲੰਮੀ ਇਹ ਜਿਹੜਾ ਸਫ਼ਰ ਹੈ ਇੱਥੇ ਤੱਕ ਆਉਣ ਦਾ ਵੀ ਨਾ ਮੈਨੂੰ ਐਂ ਲੱਗਦਾ ਹੁੰਦਾ ਵੀ ਅਗਲੀ ਵਾਰ ਮੈਂ ਜਦੋਂ ਇਸੇ ਟਾਈਮ ਤੱਕ ਆਊਂਗਾ ਤਾਂ ਬੜੀ ਬੜੀ ਹਸਲ ਹੋਣੀ ਹੈ ਦੁਬਾਰੇ ਬਹੁਤ ਜ਼ਿਆਦਾ ਹਾਰਡ ਹੋਣੀ ਹੈ ਨਾ ਦੁਬਾਰੇ ਫਿਰ ਜਦੋਂ ਆਪਾਂ ਮੇਰੀ ਫਿਲਮ ਦੇ ਬਾਰੇ ਆਪਾਂ ਬੋਲ ਜਦੋਂ ਆਪਾਂ ਇੰਟਰਵਿਊ ਕਰਾਂਗੇ ਬਹੁਤ ਮਿਹਨਤ ਮੇਰੀ ਇਹ ਤੋਂ ਬਾਅਦ ਵੀ ਜਾਣੀ ਹੈ ਇਹ ਤੋਂ ਪਹਿਲਾਂ ਹੀ ਬੜੀ ਮਿਹਨਤ ਆ ਗਈ ਉਹ ਨਹੀਂ ਪਤਾ ਲੋਕਾਂ ਨੂੰ ਹੈ ਨਾ ਅਤੇ ਬਸ ਉਹ ਮਿਹਨਤ ਕਰਕੇ ਵਾਪਸ ਇੱਥੇ ਆਏ ਹਾਂ ਅਤੇ ਵਾਹਿਗੁਰੂ ਕਰੇ ਸਾਨੂੰ ਸਾਡੀ ਮਿਹਨਤ ਨੂੰ ਬਾਬਾ ਭਾਗ ਲਾਊਗਾ ਅਤੇ ਸਾਡੇ ਕੰਮ ਨੂੰ ਲੋਕ ਪਸੰਦ ਕਰਨਗੇ ਔਰ ਸਾਡੀ ਫਿਲਮ ਨੂੰ ਸਪੋਰਟ ਕਰਨਗੇ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਹੁਣੇ ਆਫ ਸਕ੍ਰੀਨ ਬੈਠੇ ਸੀ ਕਿ ਮੈਂ ਅਤੇ ਅਰਮਾਨ ਤਾਂ ਅਰਮਾਨ ਸਾਡੇ 'ਚ ਕੋਈ ਗੱਲ ਹੋ ਰਹੀ ਸੀਗੀ ਤਾਂ ਇਹਨਾਂ ਦੇ ਮੂੰਹ ਗਲਤੀ ਨਾਲ ਨਿਕਲ ਗਈ 2016 ਤੋਂ ਸ਼ੁਰੂ ਹੋਏ ਤੇ 2016 'ਚ ਦਿਖਣ ਲੱਗੇ 14 ਤੋਂ ਸ਼ੁਰੂ ਹੋਏ ਅੱਜ 14 ਤੋਂ ਸ਼ੁਰੂ ਹੋਏ 24 ਹੋ ਗਏ 10 ਸਾਲ ਹੋ ਗਏ ਬਾਈ ਹੈ ਨਾ 14 ਤੋਂ ਮੈਂ ਸ਼ੁਰੂ ਹੋਇਆ 2016 'ਚ ਦਿਖਣ ਲੱਗੇ ਸਹੀ ਗੱਲ ਕਿ ਕਿੰਨੀ ਜ਼ਿਆਦਾ ਰੇਲ ਬਣੀ ਹੋਣੀ ਹੈ ਨਾ ਬਾਈ ਇਹਨਾਂ ਸਾਲਾਂ 'ਚ ਤੁਸੀਂ ਦੇਖੋ ਕਿੰਨੀ ਜ਼ਿਆਦਾ ਮੈਂਟਲ ਰੇਲ ਬਣੀ ਹੋਣੀ ਕਿੰਨੀ ਜ਼ਿਆਦਾ ਫਿਜ਼ੀਕਲ ਰੇਲ ਬਣੀ ਹੋਣੀ ਹੈ ਨਾ ਕਿੰਨਾ ਸੋਸ਼ਲ ਚੀਜ਼ਾਂ ਹੋਈਆਂ ਹੋਣੀਆਂ ਮਤਲਬ ਸੀਰੀਅਸਲੀ ਯਾਰ ਵੀ ਮੈਨੂੰ ਲੱਗਦਾ ਬਹੁਤ ਹਾਰਡ ਜੌਬ ਆ ਇਨਸਾਨ ਜਿੰਨਾ ਕੁ ਪੁਰਾਣਾ ਹੰਡਿਆ ਹੋਇਆ ਹੁੰਦਾ ਇੰਡਸਟਰੀ 'ਚ ਅਗਰ ਉਹਦੀ ਪੁਰਾਣੀ ਮਿਹਨਤ ਤੋਂ ਬਾਅਦ ਕਿਤੇ ਉਹ ਇੱਕ ਸਟੈਪ ਅੱਗੇ ਚੜ੍ਹਦਾ ਮਤਲਬ ਕਿ ਜਿਵੇਂ ਸਿੰਗਰ ਤੋਂ ਬਾਅਦ ਉਹ ਅਗਰ ਐਕਟਰ ਬਣਦਾ ਤਾਂ ਉਹ ਈਜ਼ੀ ਟਾਸਕ ਨਹੀਂ ਹੁੰਦਾ ਅਰਮਾਨ ਸਿੰਗਰ ਬਣਨਾ ਕਿੰਨਾ ਕੁ ਔਖਾ ਸੀ ਅਤੇ ਐਕਟਰ ਬਣਨਾ ਕਿੰਨਾ ਕੁ ਔਖਾ ਅੱਜ ਕੱਲ੍ਹ ਵੈਸੇ ਸਿੰਗਰ ਨੂੰ ਨਾ ਬਹੁਤ ਈਜ਼ੀ ਇੱਕ ਜੌਬ ਬਣਾ ਦਿੱਤਾ ਗਿਆ ਵੀ ਤੁਸੀਂ ਵੀ ਅਗਰ ਬਣਨਾ ਬਣ ਸਕਦੇ ਤੁਸੀਂ ਜੇ ਸਿੰਗਰ ਨਹੀਂ ਬਣੋਗੇ ਰੈਪ ਜਾਂ ਕਰਾ ਲੈਣਗੇ ਤੁਹਾਡੇ ਤੋਂ ਵੀ ਆ ਚੱਕਦੇ ਫਟੇ ਹੈ ਨਾ ਪਰ ਉਹ ਪ੍ਰਪੱਖ ਕਲਾਕਾਰ ਨਹੀਂ ਹੁੰਦਾ ਜਿਹਨੇ ਮਿਹਨਤ ਹੀ ਨਹੀਂ ਕੀਤੀ ਯਾਰ ਜਿਹਨੇ ਰਿਆਜ਼ ਹੀ ਨਹੀਂ ਕੀਤਾ ਉਹ ਕਿਹੜਾ ਕਲਾਕਾਰ ਹੋ ਗਿਆ ਤੁਸੀਂ ਰੈਪ ਕਰ ਸਕਦੇ ਕਿਉਂਕਿ 2014-15 ਦਾ ਜਾਂ ਅੱਜ ਵੀ ਕੁਛ ਕਲਾਕਾਰ ਪਰ ਉਹ ਟਾਈਮ ਤਾਂ ਹੁੰਦੇ ਰਿਆਜ਼ਾਂ ਦਾ ਸੀਗਾ ਕਿਉਂਕਿ ਮਿਊਜ਼ਿਕ ਉਦਾਂ ਦਾ ਸੀਗਾ ਹੀ ਨਹੀਂ ਜਿੱਦਾਂ ਅੱਜ ਹੈਗਾ 100% 100% ਹੁਣ ਵੀ
ਮੈਂ ਫਿਰ ਵੀ ਗੱਲ ਕਰਦਾ ਜਿਹੜੇ ਹੁਣ ਵੀ ਗਾਣੇ ਆਉਂਦੇ ਹੋ ਤੁਸੀਂ ਹੁਣ ਸੁਣ ਸਕਦੇ ਹੋ ਦਿਨ ਭਰ ਪਰ ਤੁਸੀਂ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਉਹ ਜਿਹੜੇ ਗਾਣੇ ਅੱਜ ਕੱਲ੍ਹ ਬਣਦੇ ਆ ਜਾਂ ਹੁੰਦੇ ਆ ਉਹ ਤੁਸੀਂ ਰਾਤ ਨੂੰ 12 ਤੋਂ 1 ਵਜੇ ਜਾਂ ਜਦੋਂ ਤੁਹਾਡਾ ਦਿਲ ਕਰਦਾ ਸ਼ਾਂਤ ਬਹਿ ਕੇ ਉਹ ਸੁਣ ਸਕਦੇ ਫੀਲ ਨਹੀਂ ਹੈਗਾ ਕਹਿਣ ਦਾ ਮਤਲਬ ਹੈ ਨਾ ਸੁਣ ਸਕਦੇ ਨਹੀਂ ਸੁਣ ਸਕਦੇ ਹੁਣ ਤੁਸੀਂ ਫਿਰ ਵੀ ਉਹੀ ਮੈਂ ਕੱਲ੍ਹ ਦੀ ਗੱਲ ਨਾ ਮੈਂ ਕੱਲ੍ਹ ਵੀਰ ਜ਼ਾਰਾ ਫਿਲਮ ਦੇ ਗਾਣੇ ਸੁਣੀਆਂ ਤੁਸੀਂ ਅੱਜ ਵੀ ਤੁਸੀਂ ਇੰਸਟਾਗ੍ਰਾਮ ਦੀ ਮੇਰੀ ਪੋਸਟ ਦੇਖੋਗੇ ਮੈਂ ਉੱਥੇ ਗਾਣਾ ਲਾਇਆ ਹੈ ਦੋ ਉਹ ਮੈਂ ਸੁਣਦਾ ਸੀ ਉਹ ਇੰਨੀ ਸਕੂਨ ਮਿਲਦਾ ਯਾਰ ਉਹ ਅੱਜ ਕੱਲ੍ਹ ਦੇ ਗਾਣੇ 'ਚ ਨਹੀਂ ਹੈਗਾ ਹਨਾ ਜੇ ਗਾਣਾ ਹੀ ਤੁਸੀਂ ਕਨੈਕਟ ਹੀ ਨਹੀਂ ਕਰ ਪਾਉਂਦੇ ਆਡੀਅੰਸ ਹਾਂ ਠੀਕ ਹੈ ਮੈਂ ਉਹ 'ਤੇ ਰੀਲ ਪਾ ਦੂੰਗਾ ਇਹ ਜੱਟ ਨੇ ਆ ਕਰਤਾ ਫਲਾਣਾ ਕਰਤਾ ਠੀਕ ਆ ਇਟਸ ਗੁੱਡ ਸੁਣਨ ਨੂੰ ਵਧੀਆ ਲੱਗਦਾ ਪਰ ਮੈਨੂੰ ਇਹ ਹੁੰਦਾ ਵੀ ਯਾਰ ਗਾਣਾ ਉਹ ਹੋਵੇ ਜਿਹੜਾ ਵੀ ਜਦੋਂ ਮਰਜ਼ੀ ਲਾ ਲਓ ਸਵੇਰੇ ਲਾ ਲਓ ਸਵੇਰੇ ਲਾ ਲਓ ਸ਼ਾਮ ਨੂੰ ਲਾ ਲਓ ਸਾਰਾ ਸਕੂਨ ਹੀ ਦੇਵੇਗਾ ਮੈਂ ਨਾ ਇੱਕ ਟਾਈਮ ਬਾਈ ਦੇਖਿਆ ਚਲੋ ਮੈਂ ਹੁਣ ਥੋੜ੍ਹੀ ਜਿਹੀ ਗੱਲ ਕਰਦਾ ਮੈਂ ਕਿਹਾ ਜਸ਼ਨ ਨੰਨਣ ਵੇਲੇ ਤੁਸੀਂ ਯੂ ਨੋ ਉਹਨਾਂ ਤੁਸੀਂ ਉਹ ਤੁਹਾਡੀ ਵੀਡੀਓ ਬਣਾਉਂਦਾ ਸੀਗਾ ਹਾਂ ਜਸ਼ਨ ਹੈ ਨਾ ਹਾਂਜੀ ਹਾਂਜੀ ਤੇ ਉਸ ਟਾਈਮ ਜਸ਼ਨ ਵੀਰੇ ਦੇ ਥਰੂ ਹੀ ਮੈਂ ਇਹ ਨਹੀਂ ਕਹੂੰਗਾ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਸ਼ਨ ਵੀਰੇ ਦੇ ਥਰੂ ਹੀ ਇਸ ਇੰਡਸਟਰੀ ਦੇ ਵਿੱਚ ਆਇਆ ਮੇਰੇ ਫਾਦਰ ਦੀ ਬੜੀ ਸਪੋਰਟ ਸੀ ਪਰ ਉਹ ਵੀ ਇੱਕ ਪਿਲਰ ਸੀ ਮੇਰੇ ਨਾਲ ਮਤਲਬ ਕਿ ਮੈਨੂੰ ਲੱਗਦਾ ਕਿ ਜਸ਼ਨ ਨੇ ਬਹੁਤ ਬਾਈ ਪੂਰਾ ਹੋ ਗਿਆ ਚਲੋ ਅੱਜ ਉਹ ਬੇਸ਼ੱਕ ਉਹ ਸੀਰੀਅਸ ਨੋਟ ਤੇ ਉਹ ਗਾਣੇ ਗੁਣੇ ਕਰ ਨਹੀਂ ਰਹੇ ਹੁਣ ਲੱਗਿਆ ਕਰਨ ਬਾਬਾ ਸੁੱਖ ਕਰੇ ਮਿਹਰ ਕਰੇ ਉਹਨੂੰ ਖੁਸ਼ ਰੱਖੇ ਪਰ ਉਸ ਟਾਈਮ ਤਾਂ ਬਹੁਤ ਬਾਈ ਮਤਲਬ ਕਿ ਜਸ਼ਨ ਨੇ ਬਹੁਤ ਲੋਕਾਂ ਦਾ ਸਾਥ ਦਿੱਤਾ ਹੈ ਨਾ ਕਿਉਂਕਿ ਜਸ਼ਨ ਤੇ ਵੱਡਾ ਉਸ ਟਾਈਮ ਇਕੱਠੇ ਹੁੰਦੇ ਸੀਗੇ ਤਾਂ ਉਹ ਪੂਰੀ ਟੀਮ ਲੱਗਦੀ ਤੀਜਾ ਮੈਂ ਹੁੰਦਾ ਸੀ ਨਾਲ ਹਾਂ ਤੇ ਜਸ਼ਨ ਨੇ ਉਹਨਾਂ ਦੀ ਇੱਕ ਖਾਸੀਅਤ ਇਹ ਰਹੀ ਹੈ ਜਸ਼ਨ ਨੇ ਪਹਿਲੇ ਸਿੰਗਰਾਂ ਦੇ ਨਾ ਡੈਬਿਊ ਟਰੈਕ ਹਿੱਟ ਦਿੱਤੇ ਆ ਚਾਹੇ ਦਿਲਪੀ ਵੀਰਾ ਹੋਵੇ ਮੈਂ ਹੋਵਾਂ ਹਿੰਮਤ ਬਾਈ ਹੋਵੇ ਪੈਗ ਪੁੱਗ ਵਾਲਾ ਵੀਰਾ ਹੋਵੇ ਜਿਹੜੇ ਵੀ ਨਿਮਰਤ ਦਾ ਇਸ਼ਕ ਕਚਹਿਰੀ ਗਾਣਾ ਬਾਈ ਨਿਮਰਤ ਵੀ ਉਧਰੋਂ ਹੀ ਆਏ ਸੀ ਇਸ਼ਕ ਕਚਹਿਰੀ ਚ ਨਾ ਉਸ ਗਾਣੇ ਦੇ ਵਿੱਚ ਮੈਂ ਏਡੀ ਸੀਗਾ ਬਾਈ ਜੀ ਜਿਹੜਾ ਉਹ ਗਾਣਾ ਨਿਮਰਤ ਦੇ ਗਾਣੇ ਛੇੜੀ ਸੀਗੇ ਹਾਂਜੀ ਔਰ ਉਹ ਜਿਹੜਾ ਗਾਣਾ ਸੀ ਨਾ ਮੈਂ ਦੇਖਾਂ ਤੇਰੀ ਫੋਟੋ ਉਹ ਗਾਣੇ ਦੇ ਚੈੱਕ ਕਰ ਲਿਓ ਪਿੱਛੇ ਇੱਕ ਸੀਨ ਆਉਂਦਾ ਉਹਦੇ ਵੀਡੀਓ ਦੇ ਵਿੱਚ ਅੱਜ ਕਰਨ ਸੈਂਬੀ ਦੇ ਕਰਨ ਸੈਂਬੀ ਦੇ ਵੀਡੀਓ 'ਚ ਸੀਨ ਆਉਂਦਾ ਇੱਕ ਪਾਰਟੀ ਦਾ ਸੀਨ ਆ ਪਾਰਟੀ ਦੇ ਵਿੱਚ ਕਰਨ ਬਾਈ ਖੜਾ ਹੁੰਦਾ ਤੇ ਪਿੱਛੇ ਦੇ ਮੁੰਡੇ ਦੇ ਖੜੇ ਹੁੰਦੇ ਆ ਕੋਟ ਪੈਂਟ ਪਾ ਕੇ ਕਰਮਾਨ ਬੇਜਲ ਵੀ ਖੜਾ ਤੁਹਾਨੂੰ ਦੇਖੂਗਾ ਅੱਜ ਵੀ ਚੈੱਕ ਕਰਨ ਕਰਾਊਡ ਦੇ ਵਿੱਚ ਵੀ ਕਿਉਂਕਿ ਅਸੀਂ ਆਪਦੀ ਵੀਡੀਓ ਹੁੰਦੀ ਸੀ ਯਾਰ ਜਸ਼ਨ ਬਾਈ ਦੀ ਹੁੰਦੀ ਸੀ ਉਹ ਮਿਹਨਤ ਕੀਤੀ ਆ ਵੀਰੇ ਹਨਾ ਉਹ ਕੰਮ ਆਪਦੇ ਗਾਣੇ ਤੋਂ ਪਹਿਲਾਂ ਬਹੁਤ ਹਾਸਲ ਕੀਤੀ ਆ ਅਰਮਾਨ ਜਦੋਂ ਉਸ ਟਾਈਮ ਸਿਲੈਕਸ਼ਨ ਹੁੰਦੀ ਸੀਗੀ ਕਿ ਹਾਂ ਬਈ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਨਾ ਚਲੋ ਜਿਹੜੀ ਫਾਦਰ ਦੀ ਸਪੋਰਟ ਹੁੰਦੀ ਆ ਉਹ ਹੁੰਦੀ ਆ ਪਰ ਯਾਰ ਜਦੋਂ ਤੱਕ ਮੁੰਡਾ ਟੈਲੈਂਟਡ ਨਾ ਹੋਵੇ ਮੁੰਡੇ 'ਚ ਕੋਈ ਕਾਬਲੀਅਤ ਨਾ ਹੋਵੇ ਨਾ ਫਿਰ ਫਾਦਰ ਦੀ ਸਪੋਰਟ ਵੀ ਬਾਈ ਕੁਛ ਕਰ ਨਹੀਂ ਸਕਦੀ ਜੰਗ 'ਤੇ ਤਾਂ ਫਿਰ ਉਹਨੇ ਜਾਣਾ ਨਾ ਪਿੱਛੇ ਜਿਹੜੇ ਮੇਰੇ ਫਾਦਰ ਕਹਿੰਦੇ ਹੁੰਦੇ ਆ ਵੀ ਜਿਹੜੇ ਜੰਗ 'ਤੇ ਗੱਭਰੂ ਜਾਂਦੇ ਆ ਮੁੰਡੇ ਜਾਂਦੇ ਆ ਜੰਗ 'ਚ ਬਲੱਡ ਜਾਂਦੇ ਆ ਪਿੱਛੇ ਉਹਨਾਂ ਦਾ ਜਿਹੜਾ ਮਾਇੰਡ ਸੈੱਟ ਹੁੰਦਾ ਪੁਰਾਣੇ ਬ੍ਰਿਗੇਡਰਸ ਦਾ ਹੁੰਦਾ ਪਰ ਜੰਗ ਜਾਂਦੇ ਆ ਪਰ ਜੇ ਬ੍ਰਿਗੇਡ ਉਹਨਾਂ ਦਾ ਹੋਵੇ ਵੀ ਆਪਣਾ ਮਾਇੰਡ ਸੈੱਟ ਹੋਵੇ ਪਲਾਨ ਹੋਵੇ ਐਂ ਕਰਨਾ ਜੇ ਮੂਹਰੇ ਮੁੰਡਾ ਹੀ ਨੇ ਬੰਦੇ ਹੀ ਨੇ ਕੰਮ ਕਰਨ ਵਾਲੇ ਫੌਜੀ ਨਾਲ ਕੰਮ ਕਰਦੇ ਹੋਣ ਕੀ ਕਰਨਗੇ ਕੀ ਕਰਨਗੇ ਕੀ ਕਰ ਲੈਣਾ ਹਨਾ ਉਹ ਉਹੀ ਗੱਲ ਹੈ ਦੋਨਾਂ ਦਾ ਮਿਲਾਪ ਹੋਣਾ ਚਾਹੀਦਾ ਵੀ ਤੁਹਾਨੂੰ ਸਮਝ ਹੋਣੀ ਚਾਹੀਦੀ ਵੀ ਆਪਾਂ ਤੁਹਾਨੂੰ ਸਪੋਰਟ ਹੋਣੀ ਚਾਹੀਦੀ ਹੈ ਵੀ ਇੱਦਾਂ ਦਾ ਐਂ ਕਰਨਾ ਤੁਹਾਡੇ 'ਚ ਆਪਦੇ ਵਿੱਚ ਵੀ ਮੈਂ ਮਿਹਨਤ ਕੀਤੀ ਆ ਲਾਈਕ ਮੈਂ ਮਤਲਬ ਮੈਂ ਮੇਰੇ ਫਾਦਰ ਨੇ ਮੇਰੇ ਤੋਂ ਮਿਹਨਤ ਕਰਾਈ ਹੈ ਜੀ ਮੈਂ ਰਿਆਜ਼ ਕੀਤਾ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਦੇ ਆਪ ਨੂੰ ਇੱਕ ਜੇ ਮੈਂ ਕਲਾਸੀਕਲ ਕਲਾਕਾਰ ਨਹੀਂ ਤਾਂ ਜਿਹੜਾ ਮੈਂ ਜਿੰਨਾ ਕੁ ਗਾਵਾਂ ਉਹ ਠੀਕ ਲੱਗੇ ਵੀ ਕਹਿੰਦੇ ਮੁੰਡਾ ਠੀਕ ਗਾਉਂਦਾ ਸੁਣਨ ਲਾਇਕ ਹੈਗਾ ਵੀ ਸੁਣਨ ਲਾਇਕ ਹੈਗਾ ਵੀ ਉਹ ਨਹੀਂ ਹੈਗਾ ਵੀ ਬਹੁਤ ਕਲਾਸੀਕਲ ਗਾਉਂਦਾ ਵੀ ਐ ਨਾ ਹੋਵੇ ਐ ਨਾ ਕਹਿੰਦੇ ਵੀ ਬੇਸੁਰਾਈ ਗਾਈ ਜਾਂਦਾ ਉਹ ਮੈਨੂੰ ਅਰਮਾਨ ਜਦੋਂ ਅਸੀਂ ਹਾਰਮੋਨੀਅਮ ਤੇ ਰਿਆਜ਼ ਕਰਦੇ ਆ ਨਾ ਤਾਂ ਨਾ ਬੇਸਿਕ ਜਿਹੜੇ ਸਾਨੂੰ ਟ੍ਰੇਨਿੰਗ ਜਿਹੜੇ ਦਿੰਦੇ ਆ ਹੈ ਨਾ ਉਹ ਸਾਨੂੰ ਕੋਈ ਨਾ ਕੋਈ ਪਾਰਟੀਕੂਲਰ ਗੀਤ ਦਿੰਦੇ ਆ ਕਿ ਤੁਸੀਂ ਇਹ ਗਾਣੇ ਦੀ ਤਿਆਰੀ ਕਰਨੀ ਨਹੀਂ ਨਹੀਂ ਮੈਂ ਦੱਸਾਂ ਮੈਂ ਜਦੋਂ ਮੈਂ ਕਰਨ ਲੱਗਿਆ ਮੈਂ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀ ਮੇਰੇ ਫਾਦਰ ਮੈਨੂੰ ਸਾਡੇ ਮਹਿਲ ਮੁਬਾਰਕ ਗੁਰਦੁਆਰਾ ਸਾਹਿਬ ਹੈ ਸੰਗਰੂਰ ਉੱਥੇ ਜਾ ਕੇ ਉੱਥੇ ਜਿਹੜੇ ਰਾਗੀ ਸਿੰਘ ਸੀ ਉਹਨਾਂ ਨਾਲ ਮੈਨੂੰ ਉਹ ਉੱਥੇ ਰਹਿੰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਵਿੱਚ ਹੀ ਉਹਨਾਂ ਦਾ ਕਮਰਾ ਹੁੰਦਾ ਸੀ ਨਾਲ ਹੀ ਸਾਈਡ 'ਤੇ ਬੇਸਿਕਲੀ ਉੱਥੇ ਮੈਂ ਉਹਨਾਂ ਦੇ ਕਮਰੇ ਰੋਜ਼ ਜਾਂਦਾ ਸੀ ਬੇਸਿਕਲੀ ਅਤੇ ਉੱਥੇ ਅਸੀਂ ਰਿਆਜ਼ ਕਰਦੇ ਸੀ ਬੇਸਿਕਲੀ ਉਹ ਮੰਜਾ ਬਾਹਰ ਲਾਉਂਦੇ ਸੀ ਇੱਥੇ ਜਿੱਥੇ ਮੱਥਾ ਟੇਕਣ ਗੁਰਦੁਆਰਾ ਸਾਹਿਬ 'ਚ ਆਉਂਦੇ ਆ ਅਤੇ ਮੈਨੂੰ ਬੜੀ ਪਹਿਲਾਂ ਸੰਗ ਲੱਗਣੀ ਵੀ ਯਾਰ ਮੈਂ ਰਿਆਜ਼ ਕਰਨਾ ਹੈ ਨਾ ਇੱਦਾਂ ਕਰਕੇ ਵੀ ਹੁਣ ਮੈਨੂੰ ਕਹਿੰਦੇ ਵੀ ਸਾ ਇੱਦਾਂ ਗਾਓ ਹੈ ਨਾ ਲੋਕ ਉੱਚੀ ਉੱਚੀ ਗਾਓ ਹੋਰ ਗਾਓ ਮੈਂ ਫਿਰ ਮੈਨੂੰ ਆਉਂਦਾ ਪਰ ਮੈਂ ਸੋਚਿਆ ਵੀ ਯਾਰ ਨਹੀਂ ਯਾਰ ਮੇਰਾ ਮੈਨੂੰ ਮੈਂ ਪਸੰਦ ਹੈ ਚੀਜ਼ਾਂ ਕਰਨੀਆਂ ਮੈਂ ਕਰੂੰਗਾ ਲੋਕ ਕਰੀ ਜਾਣ ਜੇ ਲੋਕ ਜੇ ਹੱਸਦੇ ਹੱਸਣ ਅਤੇ ਉਹ ਮੈਂ ਉਸ ਉਹਦੇ ਆਂਗਣ ਦੇ ਵਿੱਚ ਲਾਈਕ ਕਹਿੰਦਾ ਉੱਥੇ ਵਿਹੜੇ ਦੇ ਵਿੱਚ ਮੈਂ ਉੱਥੇ ਗੁਰਦੁਆਰਾ ਸਾਹਿਬ ਦੀ ਹੁੰਦਾ ਸਾਈਡ 'ਤੇ ਹੁੰਦਾ ਸੀ ਥਾਂ ਜਿੱਥੇ ਰਹਿੰਦੇ ਹੁੰਦੇ ਸੀ ਉਹ ਮੈਂ ਉੱਥੇ ਰਿਆਜ਼ ਕਰਦਾ ਸੀ ਆਪਦਾ ਫਿਰ ਉਹ ਤੋਂ ਉਹਨਾਂ ਤੋਂ ਰਿਆਜ਼ ਸਿੱਖਿਆ ਫਿਰ ਮੈਂ ਉਹੀ ਰਿਆਜ਼ ਮੇਰੇ ਫਾਦਰ ਸਾਹਿਬ ਦੇ ਆਫਿਸ ਕਰਦਾ ਸੀ ਉਹ 3 ਤੋਂ 4 ਸਾਲ ਤਾਂ ਮੈਂ ਲਗਾਤਾਰ ਬਿਨਾਂ ਨਾਗੇ ਕੀਤਾ ਵੀਰੇ ਮੈਂ ਇੰਨਾ ਪ੍ਰਾਊਡ ਹਾਂ ਉਹਦੇ 'ਤੇ ਬਿਨਾਂ ਨਾਗੇ ਮੈਂ ਅੱਜ ਕਿਤੇ ਫੈਮਿਲੀ ਦੇ ਕਿਸੇ ਫੰਕਸ਼ਨ 'ਤੇ ਨਹੀਂ ਜਾਂਦਾ ਸੀਗਾ ਮੈਂ ਕਿਸੇ ਆਪਦੇ ਦੋਸਤਾਂ ਨਾਲ ਕੀੜੀ 'ਤੇ ਨਹੀਂ ਜਾਂਦਾ ਸੀਗਾ ਮੈਂ ਕਿਸੇ ਲਾਈਕ ਕਿਤੇ ਰਿਸ਼ਤੇਦਾਰ 'ਚ ਘੁੰਮਣ ਦੇ ਜਾਂਦੇ ਆ ਵੀ ਆ 2 ਦਿਨ ਲਾਈ ਹੈ ਮੈਂ ਜਾਂਦਾ ਨਹੀਂ ਸੀ ਮੈਂ ਕਿਹਾ ਮੇਰਾ ਰਿਆਜ਼ ਛੁੱਟ ਜਾਊਗਾ ਉਹ ਮੈਂ ਕੀਤਾ ਮੈਨੂੰ ਮੈਂ ਪ੍ਰਾਊਡ ਹਾਂ ਮੇਰੇ ਫਾਦਰ
ਜਾਂ ਫਾਦਰ ਸਾਹਿਬ ਵੱਲੋਂ ਜਾਂ ਕੋਈ ਵੀ ਕਿ ਅਰਮਾਨ ਇਹ ਵਾਲਾ ਗਾਣਾ ਤੂੰ ਰਿਆਜ਼ ਕਰ, ਇਹ ਚ ਸੁਰ ਹੈਗੇ ਆ, ਤਾਲ ਹੈਗੀ ਆ, ਜਾਂ ਇਹ ਗਾਣਾ ਵਧੀਆ ਲੱਗਦਾ। ਮੇਰੇ ਫਾਦਰ ਸਾਹਿਬ ਮੇਥੋਂ ਨਾ ਮਾਣਕ ਸਾਹਿਬ ਦੇ ਗਾਣੇ ਬਹੁਤ ਪਾਉਂਦੇ, ਚਾਹੇ ਉਹ ਜੱਟ ਹੇਠ ਜਨੋਰੇ ਦੇ ਹੋ ਗਿਆ, ਉਹ ਉੱਚਾ ਗਲਾ ਖੋਲ ਨੂੰ ਉੱਚਾ, ਹਨਾ, ਚਾਹੇ ਉਹ ਹਰਭਜਨ ਮਾਨ ਸਾਹਿਬ ਦੀ ਉਹ ਵੀ ਹੋ ਗਈ ਆਪਣਾ ਸੰਗ ਕਾਫਲੇ ਦੇ ਕਵਿਸ਼ਰੀ ਹੋ ਗਈ, ਉਹ ਪਾਉਂਦਾ ਸੀ ਮੈਂ, ਚਾਹੇ ਉਹ ਤੇਰੀਆਂ ਮੈਂ ਤੇਰੀ ਰਾਂਝਾ, ਮਾਣਕ ਸਾਹਿਬ ਦਾ ਗਾਣਾ ਸੀ, ਤੇਰੀਆਂ ਮੈਂ ਤੇਰੀ। ਮੈਨੂੰ ਪਲੀਜ਼ ਯਾਰ ਸੁਣਾਓ ਯਾਰ। ਨਹੀਂ ਨਹੀਂ ਨਹੀਂ, ਹੁਣ ਮੇਰਾ ਸੱਚੀ ਕਹਿਣਾ, ਹੁਣ ਮੇਰਾ ਜ਼ੋਨ ਨਹੀਂ ਹੈਗਾ, ਪਰ ਮੈਂ ਉਹ ਤੇਰੀਆਂ ਮੈਂ ਤੇਰੀ ਰਾਂਝਾ ਗਾਉਂਦਾ ਹੁੰਦਾ ਸੀਗਾ, ਹਨਾ, ਇੱਦਾਂ ਦੇ ਔਖੇ ਗਾਣੇ ਮੇਰੇ ਫਾਦਰ ਸਾਹਿਬ, ਜਾਂ ਆਪਣਾ ਮਨਮੋਹਨ ਬਾਰ ਸਾਹਿਬ ਦਾ ਗਾਣੇ ਹੁੰਦੇ ਸੀ, ਕਈ ਜਿਹੜੇ ਔਖੇ ਗਾਣੇ ਮੇਰੇ ਫਾਦਰ ਮੇਰੇ ਤੋਂ ਗਾਉਂਦੇ ਸੀ ਵੀ ਆਹ ਗਾ, ਮੈਂ ਤਾਂ ਮੰਨੂੰਗਾ ਵੀ ਤੂੰ ਆਹ ਗਾਣਾ ਗਾਏ, ਉਹ ਗਾਣੇ ਦੀ ਤਿਆਰੀ ਕਰਦੇ ਹੁੰਦੇ ਸੀ, ਪਰ ਉਹ ਫਿਰ ਵਧੀਆ, ਉਹਦੇ ਨਾਲ ਮੈਨੂੰ ਬਹੁਤ ਫਾਇਦਾ ਮਿਲਿਆ। ਤੇ ਜਦੋਂ ਜਸ਼ਨ ਨਾਲ ਪਹਿਲੀ ਵੀਡੀਓ ਕੀਤੀ ਬਾਈ, ਉਹ ਪਹਿਲੀ ਵੀਡੀਓ ਕਿਹੜੀ ਸੀ? ਕਿਤੇ ਜੇ ਅਰਮਾਨ ਨੂੰ ਕਦੋਂ ਪਤਾ ਲੱਗਿਆ ਕਿ ਹਾਂ ਬਈ ਚੱਲ ਹੁਣ ਵਧੀਆ ਚੱਲ ਸਿੰਗਰ ਸੁੰਗਰ ਬਣ ਗਏ, ਲੋਕ ਹੁਣ ਪਿਆਰ ਕਰਨ ਲੱਗ ਗਿਆ, ਹੁਣ ਥੋੜਾ ਕੰਮ ਸੂਟ ਸੈੱਟ? ਮੇਰਾ ਗਾਣਾ ਸੀਗਾ ਜੱਟ ਜਾਨਵਰ ਦਾ, ਸ਼ਹਿਨਾਜ਼ ਕੌਰ ਗਿੱਲ ਉਹਦੇ ਵਿੱਚ ਹੈਗੇ ਸੀਗੇ, ਅਸੀਂ ਸਾਡੇ ਸੰਗਰੂਰ ਹੀ ਸ਼ੂਟ ਕੀਤਾ ਪਹਿਲਾ ਗਾਣਾ ਮੇਰਾ, ਹਨਾ, ਉਹ ਹਾਲਾਂਕਿ ਰਿਲੀਜ਼ ਉਹ ਬਾਅਦ ਚ, ਮੇਰੇ ਖਿਆਲ ਸ਼ਹਿਨਾਜ਼ ਦੀ ਫਸਟ ਵੀਡੀਓ ਸੀ, ਉਹਨਾਂ ਦੀ ਵੀ ਸ਼ਾਇਦ ਪਹਿਲੀ ਸੀਗੀ, ਤੇ ਅਸੀਂ ਉਹ ਅਸੀਂ ਸਾਡੇ ਸੰਗਰੂਰ ਸ਼ੂਟ ਕੀਤਾ, ਉਹ ਬੜਾ ਵਧੀਆ ਰਿਹਾ ਸਾਡਾ ਕੰਮ, ਹਨਾ, ਤੇ ਆਹ ਉਹ ਮੇਰੀ ਪਹਿਲੀ ਵੀਡੀਓ ਸੀ, ਮੈਨੂੰ ਬੜਾ ਸੰਗ ਲੱਗਦੀ ਸੀ, ਮੈਂ ਕਿਹਾ ਯਾਰ ਜਸ਼ਨ ਮੇਰੇ ਸ਼ੂਟ ਤਾਂ ਕਰਨਾ ਵੀ, ਸਾਡੇ ਸੰਗਰੂਰ ਹੀ ਸਾਰੇ ਲੋਕ ਮੈਨੂੰ ਜਾਣਦੇ ਆ ਵੀ ਜਵਾਕ ਜਿਹਾ ਇੱਥੇ ਫਿਰਦਾ ਹੁੰਦਾ ਸੀ, ਤੂੰ ਹੁਣ ਇੱਥੇ ਹੁਣ ਵੀਡੀਓ ਕਰਦਾ ਫਿਰਦਾ, ਹਨਾ, ਮੈਨੂੰ ਬੜੀ ਸੰਗ ਲੱਗੀ, ਪਰ ਜਸ਼ਨ ਮੇਰੇ ਦਾ ਉਦੋਂ ਇਸ ਟਾਈਮ ਮਾਹੌਲ ਬਹੁਤ ਘੈਂਟ ਵਧੀਆ ਸੀਗਾ, ਤੇ ਉਹ ਵੀ ਮੈਂ ਕਿਹਾ ਵੀ ਇਹ ਬੰਦਾ ਕਰ ਰਿਹਾ, ਸਾਰੇ ਸੀਰੀਅਸ ਲੈਣਗੇ, ਵਧੀਆ ਕਰ ਰਿਹਾ, ਉਹ ਹੀ ਨਹੀਂ ਟਾਈਮ ਪਾਸ ਕਰੀ ਜਾਂਦੇ, ਹਨਾ, ਫਿਰ ਉਹ ਕੀਤੀ, ਫਿਰ ਇੱਕ ਬੂਫਰ ਗਾਣਾ ਸੀ ਮੇਰਾ ਉਹ ਕੀਤਾ, ਪਰ ਫਿਰ ਜਿਹੜਾ ਪਹਿਲਾਂ ਰਿਲੀਜ਼ ਹੋਇਆ ਉਹ ਲਾਵਾਂ ਗਾਣਾ ਸੀ, ਉਹ ਤੀਜੇ ਨੰਬਰ ਤੇ ਵੀਡੀਓ ਕੀਤਾ ਮੈਂ, ਉਹ ਰਿਲੀਜ਼ ਪਹਿਲਾਂ ਹੋਇਆ, ਹਾਂ, ਦੋ ਗਾਣੇ ਪਹਿਲਾਂ ਵੀਡੀਓ ਕਰਤੀ, ਫਿਰ ਤੀਜਾ ਸੀ ਲਾਵਾਂ ਬਣਾਇਆ, ਫਿਰ ਮੈਂ ਆਪਦੇ ਨੂੰ ਲੱਕੀ ਸਮਝਦਾ ਕਿ ਮੈਨੂੰ ਇਦਾਂ ਦੇ ਲੋਕ ਮਿਲੇ ਜਿਨ੍ਹਾਂ ਨੇ ਮੇਰੇ ਤੇ ਇਨਵੈਸਟ ਕੀਤਾ ਕਿ ਦੋ ਗਾਣੇ ਸੀ ਕਰਤ ਬਾਅਦ ਤੀਜਾ ਗਾਣਾ ਵੀ ਸ਼ੂਟ ਕੀਤਾ, ਵੀ ਇਹ ਤੇ ਇਹ ਕਰਦੇ ਆ ਪਹਿਲਾਂ। ਲਾਵਾਂ ਗਾਣੇ ਦੇ ਪੈਸੇ ਕਿੰਨੇ ਲੱਗੇ ਸੀਗੇ ਯਾਰ? ਮੈਨੂੰ ਜੱਗੀ ਵੀਰ ਨੂੰ ਤਾਂ ਮਾੜੇ ਮੋਟੇ ਦਿੱਤੇ ਹੋਣੇ, ਮੈਨੂੰ ਜੱਗੀ ਸੰਘੇੜਾ ਜਿਹਨਾਂ ਨੇ ਲਿਖਿਆ ਗਾਣਾ, ਵੀਡੀਓ ਜਸ਼ਨ ਵੀਰ ਨੇ ਘਰ ਦੀ ਸੀ, ਉਹਨਾਂ ਨੇ ਆਪਦੀ ਫੀਸ ਲਈ ਨਹੀਂ ਹੋਣੀ, ਮਾੜਾ ਮੋਟਾ ਜਿੰਨਾ ਖਰਚਾ ਉਹ ਕੀਤਾ, ਸਪੀਡ ਰੈਕਰਸ ਨੇ ਬੜਾ ਵਧੀਆ ਪ੍ਰੈਜੈਂਟ ਕੀਤਾ, ਮੈਂ ਤਾਂ ਚੱਲ ਮੈਨੂੰ ਤਾਂ ਮਿਲਣਾ ਹੀ ਕੀ ਸੀਗਾ, ਓਬਵੀਅਸਲੀ ਪਹਿਲਾ ਗਾਣਾ ਸੀ, ਹਨਾ, ਅਰਮਾਨ ਕਰਨਾ ਮੈਨੂੰ ਤਾਂ ਕੀ ਮਿਲਣਾ ਸੀ? ਹਾਂ, ਨਹੀਂ ਨਹੀਂ ਮੈਂ ਤਾਂ ਮੈਂ ਲੱਕੀ ਹਾਂ ਕਿ ਮੈਨੂੰ ਗਾਣਾ ਮਿਲਿਆ, ਮੈਨੇ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਗਾਣਾ ਉਹ ਮੈਨੂੰ ਮੇਰੀ ਝੋਲੀ ਪਿਆ ਗਾ, ਤਾਂ ਫਿਰ ਉਹ ਤੋਂ ਬਾਅਦ ਮੈਨੂੰ ਜਿਹੜਾ ਲੋਕਾਂ ਦਾ ਪਿਆਰ ਮਿਲਿਆ ਉਹ ਤਾਂ ਮੈਂ ਦੇਣਦਾਰ ਹੀ। ਮੈਂ ਕਿਹਾ ਹੁਣ ਤਾਂ ਮੈਂ ਮੂਡ ਦਾ ਬਣਿਆ ਹੋਇਆ, ਤਾਂ ਮੈਂ ਪੁਰਾਣੇ ਜ਼ੋਨ 'ਚ ਵਾਪਸ ਜਾਣਾ ਚਾਹੁੰਦਾ, ਮੈਨੂੰ ਲਾਵਾਂ ਗਾਣਾ ਸੁਣਾਓ, ਹੌਲੀ ਹੌਲੀ ਸੁਣਾਊਂਗਾ, ਆਪਾਂ ਬੈਠੇ ਮਾਹੌਲ 'ਚ। ਉਹ ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ, ਤਾਂ ਉਹ ਕਦਰ ਕਰਾਂ ਮੈਂ ਉਹਦੇ ਪਿਆਰ ਦੀ, ਉੱਚੇ ਰੱਖਦੀ ਖਿਆਲ ਨਖਰੋ, ਚੁੰਨੀ ਮੈਲੀ ਉਹ ਕਰਾ ਨਹੀਂ ਸਕਦੀ, ਕਹਿੰਦੀ ਗੁਰੂ ਖਰੇ ਲਾਵਾਂ ਲੈਣੀਆਂ, ਵੇ ਕੋਟ ਮੈਰਿਜ ਕਰਾ ਨਹੀਂ ਸਕਦੀ, ਉਹ ਕਹਿੰਦੀ ਗੁਰੂ ਖਰੇ ਲਾਵਾਂ ਲੈਣੀਆਂ, ਉਹ ਕੋਟ ਮੈਰਿਜ ਕਰਾ ਨਹੀਂ ਸਕਦੀ। ਉਸ ਟਾਈਮ ਸਮਾਂ ਵੀ ਇਦਾਂ ਦਾ ਸੀਗਾ, ਲਾਈਕ ਆਪਾਂ ਸੁਣਦੇ ਸੀ ਚੰਡੀਗੜ੍ਹ, ਜਦੋਂ ਮੈਂ ਨਵਾਂ ਨਵਾਂ ਚੱਲਦੇ ਆਪਾਂ ਸ਼ਿਮਲੇ ਚੱਲਦੇ ਹੀ ਚੱਲਦੇ, ਜਦੋਂ ਮੈਂ ਗਾਣਾ ਸੁਣਿਆ ਮੈਂ ਜੱਗੀ ਵੀਰੇ ਕਮਾਲ ਕਰਤੀ ਯਾਰ, ਤਾਂ ਹੁਣ ਸਿਚੁਏਸ਼ਨ ਤੇ ਲੱਗਦਾ ਗਾਣਾ। ਚਲ ਚੱਲ ਮੈਨੂੰ ਗੱਲ ਦੱਸੇ, ਚੱਲ ਫਾਦਰ ਸਾਹਿਬ ਨੂੰ ਕਹਾਂਗੇ ਚੱਲ ਇਹ ਵਾਲਾ ਪਾਰਟ ਨਾ ਦੇਖਿਓ, ਜਦੋਂ ਸ਼ੁਰੂਆਤੀ ਦੋਸਤ ਸੀਗਾ ਸਹੇਲੀ ਕਿਹੜੀ ਬਣੀ ਅਰਮਾਨ ਦੀ ਪਹਿਲੀ? ਨਹੀਂ ਬਣੀ ਵੀਰੇ, ਮਤਲਬ ਝੂਠ ਆ ਰਿਹਾ ਸਾਡੇ ਤੇ। ਨਹੀਂ ਨਹੀਂ ਨਹੀਂ, ਮੈਂ 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 ਰੌਤ ਨੂੰ ਅੱਜ ਪਹਿਲਾਂ ਵੀ ਕਿਹਾ, ਪਰ ਰੌਤ ਲਾਂਗੇ ਬਣੀ, ਦੇਰ ਬਾਅਦ ਬਣੀ, ਇਹ ਨਹੀਂ ਹੈਗਾ ਵੀ ਮੈਂ ਗਾਣਾ ਕਰਤਾ ਸਹੇਲੀ ਬਣ ਗਈ, ਨਹੀਂ ਨਹੀਂ ਬਣੀ, ਫਿਰ ਉਹ ਤੋਂ ਬਾਅਦ ਬਣੀ, ਤੇ ਫਿਰ ਜਦੋਂ ਗਈ ਵੀ ਤੇ ਉਹ ਵੀ ਫਿਰ ਨਜ਼ਾਰਾ ਆਇਆ, ਸਵਾਦ ਆ ਲਿਆ ਉਹਦਾ, ਅੱਛਾ ਯਾਰ ਗਈ ਹੁਣ ਲੋ ਫੀਲ ਜਿਹਾ ਲੱਗਿਆ, ਫਿਰ ਫਿਰ ਦੁਬਾਰੇ ਅਰਮਾਨ ਸਿੰਘ ਹੋਣੀ ਕਹਿੰਦੇ ਵੀ ਨਹੀਂ ਭਾਵਾ ਆਪਾਂ ਘੈਂਟ ਆ ਇਕੱਲੇ। ਕੁਦਰਤੀ ਗੱਲ ਕਹਿਤੀ ਆ ਸੱਚੀ, ਵਾਹ ਯਾਰ, ਮਤਲਬ ਮੈਂ ਗਾਉਣਾ ਹੀ ਹੋਵਾਂ ਜੇ ਮੈਂ ਫੀਲ ਕਰਦਾ ਯਾਰ, ਮੈਂ ਜੇ ਮੈਂ ਖੁਸ਼ੀ ਨਹੀਂ ਹੈਗਾ ਮੈਂ ਕਿਵੇਂ ਕਿਵੇਂ ਨੱਚਣ ਟੱਪਣ ਵਾਲੇ ਗਾਣੇ ਗਾ ਦੂੰਗਾ, ਜੇ ਮੈਂ ਲੋਅ ਫੀਲ ਕਰ ਰਿਹਾ ਮੈਂ ਗਾਣਾ ਹੀ ਉਸ ਦਿਨ ਜਾਊਂਗਾ ਯਾਰ, ਸਾਈਡ 'ਤੇ ਬਣਾਓ ਯਾਰ, ਇੱਦਾਂ ਦਾ ਲਿਖਿਆ ਮੇਰੀ ਫੀਲਿੰਗ ਇੱਦਾਂ ਦੀ ਆ, ਉਹ ਮੈਂ ਲਿਖਵਾਇਆ ਸੀ ਕਹਿ ਕੇ ਮੈਂ ਯਾਰ ਇੱਦਾਂ ਦਾ ਫੀਲ ਕਰ, ਉਹ ਮੈਨੂੰ ਕਹਿੰਦਾ ਵਿਚਾਰਾ ਜਿਹਾ ਬਣਾ ਨਾ ਮੁੰਡਾ, ਕਹਿੰਦਾ ਮੈਂ ਯਾਰ ਬਣਾ ਦੇ ਯਾਰ, ਆਹ ਗੱਲ ਆ। ਗਈ ਕਿਉਂ ਸੀਗੀ ਫਿਰ ਉਹ? ਉਹਦੀਆਂ ਵੀ ਹੋਣੀਆਂ ਨੇ ਕੁਝ ਮਜਬੂਰੀਆਂ, ਕਾਹਨੂੰ ਉਹ ਕਹਾਉਂਦੀ ਬੇ ਜਿਹੜੀ ਪਾ ਗਈ ਆ ਉਹ ਪੈਂਦੀਆਂ ਸਾਰੀਆਂ ਦੋਵਾਂ ਚ ਦੂਰੀਆਂ। ਮੇਰੇ ਫਾਦਰ ਦਾ ਹੀ ਗਾਣਾ ਵੀ ਮੇਰੀਆਂ ਵੀ ਹੋਣੀਆਂ ਨੇ ਕੁਝ ਮਜਬੂਰੀਆਂ ਨੇ, ਕਾਹਨੂੰ ਮੈਂ ਕਹਾਉਂਦੀ ਬੇ, ਹੋਣੀਆਂ ਮਜਬੂਰੀਆਂ। ਹਾਂ ਨਹੀਂ, ਪਰ ਮੈਨੂੰ ਐਂ ਲੱਗਦਾ ਯਾਰ ਵੀ ਉਸ ਟਾਈਮ ਜਿੰਨਾ ਦੀ ਚੜ੍ਹਾਈ ਸੀਗੀ ਨਾ ਯਾਰ, ਵੀ ਮਤਲਬ ਵਾਕਈ ਜਿਹੜੇ ਉਹ ਚੜ੍ਹਾਈ ਨੂੰ ਕੈਰੀ ਕਰਕੇ ਚੱਲ ਪਏ ਨਾ ਬਾਈ, ਉਹ ਅੱਜ ਵੀ ਕਾਇਮ ਆ। ਮੇਰੇ ਸਭ ਤੋਂ ਵੱਡੀ ਗੱਲ ਜਿਵੇਂ ਮੈਂ ਗੱਲ ਕੀਤੀ ਨਾ ਜਸ਼ਨ ਦੀ, ਮੈਂ ਕਿਹਾ ਉਸ ਟਾਈਮ ਕੰਪੀਟੀਸ਼ਨ ਚੱਲਦਾ ਹੁੰਦਾ ਸੀਗਾ ਜਸ਼ਨ ਨੰਨੜ ਤੇ ਪਰਮੇਸ਼ ਵਰਮਾ ਦਾ ਡਾਇਰੈਕਸ਼ਨ ਦਾ, ਕਿਉਂਕਿ ਇਹ ਦੋਹੇ ਬੜੇ ਘੈਂਟ ਡਾਇਰੈਕਟਰ ਆ, ਪਤਾ ਨਹੀਂ ਕੀ ਕਰੀ ਜਾਂਦੇ ਹੁੰਦੇ ਸੀ ਉਸ ਟਾਈਮ, ਹੁਣ ਮੈਂ ਉਹ ਉਸ ਟਾਈਮ ਦਾ ਮੈਂ ਬੋਲਦਾ ਨਹੀਂ ਜਵਾਬ ਸੀਗਾ, ਮੈਂ ਚਲ ਹੁਣ ਵੀ ਨਹੀਂ ਬੋਲਣਾ ਚਾਹੀਦਾ ਕਿ ਦੋਨੇ ਰਿਸਪੈਕਟਡ ਨੇ। ਹਾਂ ਵੀ ਯਾਰ ਇੰਸਟਾਗ੍ਰਾਮ ਤੇ ਕਦੇ ਉਹਨੇ ਪਾਦੀ ਪੋਸਟ ਕਦੇ ਕਰਨਾ, ਪਰ ਉਹ ਮੈਨੂੰ ਲੱਗਦਾ ਨਹੀਂ ਸੀ ਮੈਂ ਵੀਰ
ਨਹੀਂ ਨਹੀਂ ਬਟ 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 ਮੈਨੂੰ ਤੁਸੀਂ ਯਾਰ ਇੰਨਾ ਪੁਰਾਣਾ ਥੋੜਾ ਪਿਆਰ ਆ ਕੀ ਕਰੀ ਜਾਂਦੇ ਹੋ ਨਾ ਉਹ ਚਲੋ ਉਹਨਾਂ ਦੀ ਹੋ ਪਰ ਮੈਨੂੰ ਪਰ ਦੋਨੇ ਬਹੁਤ ਟੈਲੈਂਟਡ ਬਹੁਤ ਘੈਂਟ ਜਸ਼ਨ ਵੀਰਾ ਵੀ ਤੇ ਪਰਮੇਸ਼ਵਰਾ ਵੀ ਸਰ ਸਾਡਾ ਦੋਨਾਂ ਮੈਂ ਪਰਮੇਸ਼ਵਰ ਨੂੰ ਇਵਨ ਦੇਖਿਆ ਹੀ ਮੈਂ ਜਸ਼ਨ ਵੀਰ ਦੀ ਉਹ 10 ਮਿੰਟ ਵਾਲਾ ਗਾਣਾ ਸੀਗਾ ਸਿੱਪੀ ਵੀਰ ਦਾ ਪਰ ਜਸ਼ਨ ਵੀਰ ਨੇ ਡਾਇਰੈਕਟ ਕੀਤਾ ਸੀ ਸਿੱਪੀ ਬਾਈ ਦਾ 10 ਮਿੰਟ ਗਾਣਾ ਸੀਗਾ 10 ਮਿੰਟ ਦਾ ਉਹ ਪਰਮੇਸ਼ਵਰ ਨੇ ਪਹਿਲੀ ਵਾਰ ਉੱਥੇ ਦੇਖਿਆ ਸੀ ਮੈਂ ਅੱਛਾ ਮੈਂ ਉਹਦੇ ਚ ਵੀਰਾ ਐਜ਼ ਅ ਫੀਚਰ ਕੀਤਾ ਸੀ ਵੀਰ ਨੇ ਪਰਮੇਸ਼ਵਰ ਨੇ ਜਸ਼ਨ ਵੀਰ ਦੀ ਵੀਡੀਓ ਦੇ ਵਿੱਚ ਹਨਾ ਤੇ ਮੈਂ ਨਾ ਮੈਂ ਉਹ ਮੂਡ 'ਚ ਆ ਗਿਆ ਮੈਂ ਕਿਹਾ ਦੇਖ ਵੀ ਅਰਮਾਨ ਤੇ ਜਦੋਂ ਕਰੀਅਰ 'ਚ ਜੇ ਦੇਖਿਆ ਜਾਵੇ ਤਾਂ ਪਰਮੇਸ਼ ਬਾਈ ਨੇ ਅਰਮਾਨ ਦੇ ਸਾਹਮਣੇ ਉਹਨੇ ਡਾਇਰੈਕਸ਼ਨ 'ਚ ਪੈਰ ਧਰਿਆ ਸੀਗਾ ਨਹੀਂ ਨਹੀਂ ਬਹੁਤ ਪਹਿਲਾਂ ਦੇ ਬਣੇ ਨੇ ਮੇਰੇ ਨਹੀਂ ਮੈਂ ਉਹ ਜੀ ਗੱਲ ਕਰਦਾ ਕਿ ਜਦੋਂ ਤੁਸੀਂ ਸੁਰਤ ਆਪਣੀ ਸੰਭਾਲੀ ਆ ਨਹੀਂ ਨਹੀਂ ਉਹ ਪਹਿਲਾਂ ਹੀ ਬਹੁਤ ਘੈਂਟ ਸੀ ਮੈਂ ਤੁਹਾਨੂੰ ਉਹ ਜੀ ਗੱਲ ਕਰਦਾ ਕਿ ਜਦੋਂ ਪਰਮੇਸ਼ ਡਾਇਰੈਕਟ ਕਰਦਾ ਸੀਗਾ ਉਦੋਂ ਅਰਮਾਨ ਗਾਣੇ ਕਰਦਾ ਸੀਗਾ ਤੇ ਜਦੋਂ ਅੱਜ ਅਰਮਾਨ ਇੱਕ ਐਕਟਰ ਬਣਿਆ ਉਦੋਂ ਪਰਮੇਸ਼ ਵੀ ਐਕਟਰ ਬਣਿਆ ਤੇ ਸਭ ਤੋਂ ਵੱਡੀ ਸਸਪੈਂਸ ਵਾਲੀ ਗੱਲ ਇਹ ਕਿ ਜਦੋਂ ਅਰਮਾਨ ਦੀ ਫਿਲਮ ਲੱਗ ਰਹੀ ਉਦੋਂ ਹੀ ਪਰਮੇਸ਼ ਦੀ ਫਿਲਮ ਲੱਗ ਰਹੀ ਹੈ ਨਹੀਂ ਨਹੀਂ ਉਹੀ ਗੱਲ ਨਹੀਂ ਉਹ ਤਾਂ ਮੇਰਾ ਤਾਂ ਬਹੁਤ ਘੈਂਟ ਆ ਯਾਰ ਇਨਸਾਨ ਹੈਗਾ ਘੈਂਟ ਬੰਦਾ ਹੈਗਾ ਅਸੀਂ ਸ਼ੋਜ਼ ਵੀ ਇੱਕ ਅੱਧੀ ਵਾਰ ਸਾਂਝਾ ਕੀਤਾ ਅਸੀਂ ਇੱਕ ਵਾਰ ਗਏ ਹਾਂ ਟਰੈਵਲ ਵੀ ਕੀਤਾ ਬਹੁਤ ਗੁੱਡ ਬੰਦਾ ਨਾ ਉਹ ਸਾਡੀ ਸੇਮ ਡੇਟ ਆ ਗਈ ਕਿਉਂਕਿ ਅਸੀਂ ਸਾਡੀ ਆਪਦੀ ਡਿਸਟ੍ਰੀਬਿਊਸ਼ਨ ਹੈ ਵੀਰੇ ਇਸ ਫਿਲਮ ਦੀ ਹੈ ਨਾ ਯਾਰ ਅਸੀਂ ਵੀ ਨਹੀਂ ਚਾਹਵਾਂਗੇ ਯਾਰ ਵੀ ਐਡੇ ਵੱਡੇ ਐਕਟ ਬੰਦੇ ਹੀਰੋ ਨਾਲ ਅਸੀਂ ਫਿਲਮ ਲਾ ਕੇ ਆਪਦੀ ਖਰਾਬ ਕਰੀਏ ਪਰ ਸਾਨੂੰ ਲੱਗਿਆ ਕਿ ਯਾਰ ਵੀਰੇ ਦੀ ਇੱਕ ਫਿਲਮ ਆ ਉਹ ਡਿਫਰੈਂਟ ਕਨਸੈਪਟ 'ਤੇ ਆ ਰੋਮਾਂਸ 'ਤੇ ਆ ਆਪਣੀ ਡਿਫਰੈਂਟ ਸਾਡੀ ਇੱਕ ਡਿਫਰੈਂਟ ਹੈ ਵੀ ਲੋਕ ਅਸੀਂ ਨਾ ਉਹ ਸੈਟਰਡੇ ਫਰਾਈਡੇ ਪ੍ਰਮੋਟ ਕਰੀਏ ਦੋਨੇ ਜਾਣੇ ਜਾ ਕੇ ਅਸੀਂ ਵੀਰੇ ਨੂੰ ਵੀ ਕਿਹਾ ਕਿ ਅਸੀਂ ਤੁਹਾਡੀ ਫਿਲਮ ਹੀ ਪ੍ਰਮੋਟ ਕਰਾਂਗੇ ਤਾਂ ਬਾਹਰ ਜਾ ਕੇ ਦੇਖ ਕੇ ਆਓ ਜਿਨ੍ਹਾਂ ਨੇ ਰੋਮਾਂਸ ਦੇਖਣਾ ਜਾ ਕੇ ਦੇਖ ਕੇ ਆਓ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਗੱਲ ਆ ਖੇਤੀ ਵਾਲੀ ਗੱਲ ਆ ਸਾਡੀ ਫਿਲਮ ਜਿਹਨੇ ਇੰਜੋਏ ਕਰਨੀ ਉਹ ਕਰੋ ਹਨਾ ਉਹ ਟ੍ਰੇਲਰ ਮੈਨੂੰ ਵੀ ਵਧੀਆ ਲੱਗਿਆ ਉਹਨਾਂ ਦਾ ਸੋ ਪਿਆਰ ਬਹੁਤ ਵਧੀਆ ਹੈਗਾ ਬਾਬਾ ਸ਼ੁਕਰੇ ਵੀ ਵੀਰੇ ਦੀ ਫਿਲਮ ਨੂੰ ਬਹੁਤ ਸਪੋਰਟ ਮਿਲੇ ਸਾਡੀ ਫਿਲਮ ਵੀ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਚੀਜ਼ ਮੈਨੂੰ ਮੈਂ ਅੱਜ ਮੰਨ ਲਓ ਇਸ ਮਹੀਨੇ ਮੈਂ ਕੰਮ ਕਰ ਲਿਆ ਬਹੁਤ ਗੁੱਡ ਕੀਤਾ ਮੈਨੂੰ ਲੱਗਦਾ ਆਪਦੇ ਆਪ ਨੂੰ ਕੰਮ ਤਾਂ ਚਲੋ ਕਦੇ ਵੀ ਘੱਟ ਨਹੀਂ ਹੁੰਦਾ ਯਾਰ ਹੁਣ ਮੈਨੂੰ ਆਪਦਾ ਰਿਵਾਰਡ ਦੇਣਾ ਚਾਹੀਦਾ ਆਪਦੇ ਆਪ ਨੂੰ ਵੀ ਯਾਰ ਆਹ ਕਰ ਲਈਏ ਹੁਣ ਆਹ ਲੈ ਲਾ ਭਰਾਵਾ ਇੰਨਾ ਕਿਤੇ ਬਣਦਾ ਉਹ ਜ਼ਰੂਰ ਕੀਤਾ ਜੇ ਤੁਸੀਂ ਕਹੋਗੇ ਅਯਾਸ਼ੀ ਮੇਰਾ ਵੀਰੇ ਮੈਂ ਆਪਦੀ ਜਿਹੜੀ ਮੇਰੀ ਪਾਰਟੀ ਟਾਈਪ ਵੀ ਕਹਾਂ ਮੈਂ ਤੁਹਾਨੂੰ ਦਿਖੂੰਗਾ ਨਹੀਂ ਕਿਤੇ ਸੱਚ ਵੀ ਕਲਾਕਾਰਾਂ ਦੇ ਗਰੁੱਪ ਦੇ ਵਿੱਚ ਮੈਂ ਫਿਰਦਾ ਪਿਆਰ ਮੇਰਾ ਸਭ ਨਾਲ ਆ ਵੀ ਕਿਤੇ ਆਹ ਪਾਰਟੀ 'ਚ ਫਿਰਦਾ ਮੈਂ ਆਪਦਾ ਇਕੱਲਾ ਹੁੰਦਾ ਮੇਰੇ ਉਹੀ ਆੜੀ ਆ ਜਿਹੜੇ ਮੇਰੇ ਨਾਲ ਪਹਿਲੀ ਦੂਜੀ ਤੀਜੀ ਕਲਾਸ 'ਚ ਪੜ੍ਹਦੇ ਸੀ ਉਹੀ ਹੁਣ ਵੀ ਰਾਈਟ ਨਾਲ ਉਹੀ ਆੜੀ ਆ ਮੈਂ ਕੱਲ੍ਹ ਉਹਨਾਂ ਨਾ ਮੈਂ ਤੁਹਾਨੂੰ ਮੈਸੇਜ ਦਿਖਾਵਾਂ ਫੋਨ ਉਹਨਾਂ ਨੂੰ ਚਾਰਜਿੰਗ ਲੱਗਿਆ ਮੈਂ ਰਾਤ ਉਹ ਲਿਖ ਕੇ ਪੈ ਦਾ ਮੈਂ ਮਤਲਬ ਬੋਲ ਕੇ ਪਾਇਆ ਇੱਦਾਂ ਬੀਪ ਵਰਡ ਲਿਖ ਕੇ ਮੈਂ ਲਵ ਯੂ ਓਏ ਅੱਗੋਂ ਮੈਸੇਜ ਆ ਗਏ ਅੱਜ ਕੋਈ ਕੋਈ ਕੈਨੇਡਾ ਕੋਈ ਯੂਕੇ ਆ ਕੋਈ ਹੈਨਾ ਕੋਈ ਨਿਊਜ਼ੀਲੈਂਡ ਆ ਕਿੰਨੀ ਪੀਤੀ ਹੋਈ ਹੈ ਮੈਂ ਸਾਲਿਆ ਮੈਂ ਪੀਤੀ ਥੋੜ੍ਹੀ ਹੈ ਲਾਈਕ ਹੁੰਦਾ ਨਹੀਂ ਵੀ ਯਾਰ ਵੀ ਤੁਸੀਂ ਘੈਂਟ ਹੋ ਯਾਰ ਬਾਈ ਹੋਰ ਦੁਨੀਆ ਤਾਂ ਉਹੀ ਫਿਰਦੀ ਆ ਨਾ ਉਰੇ ਵੀ ਮੈਂ ਨਹੀਂ ਆ ਕਨੈਕਟ ਕਰ ਸਕਦਾ ਉਹੀ ਮੇਰੀ ਆੜੀ ਆ ਉਹਨਾਂ ਨਾਲ ਹੀ ਮੈਂ ਖੁੱਲ੍ਹ ਕੇ ਗੱਲ ਕਰਦਾ ਹੁੰਦਾ ਸੋ ਵੀ ਠੀਕ ਆ ਅਯਾਸ਼ੀ ਨਹੀਂ ਆਪਦੇ ਆਪ ਨੂੰ ਜੇ ਮੈਂ ਮਿਹਨਤ ਕੀਤੀ ਤਾਂ ਮੈਂ ਆਪਦੇ ਰਿਵਾਰਡ ਦਿੱਤਾ ਅਯਾਸ਼ੀ ਉਸ਼ੀ ਅਰਮਾਨ ਵਾਸਤੇ ਪੋਜ਼ਿਟਿਵ ਹੋਣ ਦਾ ਸਾਈਨ ਕੀ ਆ ਮੈਂ ਖੁਸ਼ ਰਹਿਣਾ ਯਾਰ ਵੀਰੇ ਸਾਈਨ ਤਾਂ ਕੁਛ ਨਹੀਂ ਰੋਜ਼ ਬੰਦਾ ਲੋਭ ਹੀ ਹੁੰਦਾ ਤੁਸੀਂ ਵੀ ਹੁੰਦੇ ਹੋਵੋਗੇ ਥੋੜ੍ਹੀ ਜ਼ਿੰਦਗੀ ਦੇ ਵਿੱਚ ਕਦੇ ਮਹੀਨੇ ਦੇ ਦਿਨ 'ਚ ਆਉਂਦਾ ਯਾਰ ਵੀ ਯਾਰ ਕੀ ਆ ਯਾਰ ਹਾਲਾਂਕਿ ਹੁੰਦਾ ਸਭ ਕੁਛ ਗੁੱਡ ਹੈ ਉਹੀ ਲੋਹ ਜਿਹਾ ਫੀਲ ਕਰਦਾ ਹੁੰਦਾ ਮੈਂ ਫਿਰ ਉਹ ਲੋਹ ਦਿਨ ਨੂੰ ਵੀ ਇੰਜੋਏ ਕਰਦਾ ਹੁੰਦਾ ਵੀ ਯਾਰ ਇਹ ਜੇ ਲੋਹ ਦਿਨ ਆਇਆ ਤਾਂ ਇਹਨੂੰ ਰਿਸਪੈਕਟ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਕੋਈ ਤੁਹਾਨੂੰ ਠਾਊਗਾ ਨਹੀਂ ਮੈਂ ਇੰਨੀ ਗੱਲ ਹੈ ਵੀ ਕਹੂੰਗਾ ਵੀ ਚੱਕ ਤੁਹਾਡੇ ਮਾਪਿਆਂ ਤੋਂ ਮੇਰਾ ਕਹੂਗਾ ਨਹੀਂ ਵੀ ਭਾਈ ਜਾ ਵੀ ਅਰਮਾਨ ਸਿੰਘ ਜਾਂ ਭਾਲਾਣਾ ਸਿੰਘ ਵੀ ਆਪਦਾ ਕੰਮ ਕਰ ਉੱਥੋਂ ਆਪਦੇ ਆਪ ਨੂੰ ਥੋੜ੍ਹੀ ਵਿਲ ਪਾਵਰ ਹੋਣੀ ਚਾਹੀਦੀ ਵੀ ਨਹੀਂ ਕੰਮ ਕਰਨਾ ਆਈ ਹੈਵ ਟੂ ਪ੍ਰੂਵ ਮਾਈ ਸੈਲਫ ਮੇਰੇ ਘਰ ਦੇ ਬੈਠੇ ਪਿੱਛੇ ਉਹਨਾਂ ਨੂੰ ਮੈਂ ਪ੍ਰਾਊਡ ਫੀਲ ਕਰਾਉਣਾ ਮੈਂ ਮਿਹਨਤ ਕਰਨੀ ਹੋਰ ਉਹ ਤੁਹਾਨੂੰ ਆਪਦੇ ਆਪ ਨੂੰ ਕਰਨਾ ਪੈਣਾ ਆਪਣੇ ਗੋਲ ਵੱਲ ਐਟ ਦਾ ਏਜ ਐਟ ਐਟ ਦਿਸ ਏਜ ਆਪਣੇ ਗੋਲ ਵੱਲ ਪੂਰੇ ਫੋਕਸਡ ਹੋ ਐ ਨਹੀਂ ਹੁੰਦਾ ਜਿਹੜਾ ਲੱਗਿਆ ਹੁੰਦਾ ਉਹਦੇ ਘੋੜੇ ਦੇ ਮੂਹਰੇ ਜੋ ਕਿ ਲਈ ਹੈ ਜਿਹਦੇ ਮਰਜ਼ੀ ਮੂਹਰੇ ਲਾ ਲਓ ਚਾਹੇ ਤੁਸੀਂ ਕਹਿੰਦੇ ਜੇ ਮਿਹਨਤ ਕਰਦਾ ਗਧਾ ਵੀ ਹੁੰਦਾ ਗਾ ਉਹਦੇ ਵੀ ਲਾਇਆ ਹੁੰਦਾ ਵੀ ਐਂ ਕਰਕੇ ਉਹ ਮੇਰੇ ਉਹੀ ਲੱਗਿਆ ਹੋਇਆ ਰਾਈਟ ਨਾਲ ਇੱਦਾਂ ਕਰਕੇ ਵੀ ਉੱਧਰ ਹੀ ਧਿਆਨ ਹੈਗਾ ਪਿੱਛੇ ਸਾਰੀਆਂ ਇਮੋਸ਼ਨਲ ਮੈਂ ਹੈਗਾ ਮੇਰੇ ਯਾਰ ਇਮੋਸ਼ਨਲ ਮੈਂ ਹੈਗਾ ਕੋਈ ਵੀ ਮੈਨੂੰ ਕੋਈ ਜਿਹੜੇ ਮੇਰੇ ਕਰੀਬੀ ਬੰਦਾ ਕੋਈ ਮਾੜੀ ਗੱਲ ਕਰਦਾ ਮੈਨੂੰ ਦੁੱਖ ਲੱਗਦਾ ਮੈਨੂੰ ਉਹ ਚੀਜ਼ ਨਿਕਲਣ ਦੋ ਤਿੰਨ ਦਿਨ ਲੱਗਦੇ ਪਰ ਉਹ ਚ ਮੈਂ ਨਿਕਲ ਜਾਂਦਾ ਫਿਰ ਜੇ ਵਾਂਸ ਮੈਂ ਨਿਕਲ ਗਿਆ ਫਿਰ ਮੈਂ ਕਹਿੰਦਾ ਵੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਲੋਕ ਹਰਟ ਕਰਦੇ ਆ ਇਸ ਤਰ੍ਹਾਂ 100% ਕਰਦੇ ਆ 100% ਇੰਡਸਟਰੀ ਚ ਕਰਦੇ ਆ ਕਿ ਕੁਝ ਖਾਸ ਤੋਂ ਇੰਡਸਟਰੀ ਵਾਲੇ ਦੀ ਪਤਾ ਹੀ ਚੱਕਰ ਕੀ ਆ ਤੁਸੀਂ ਮੌਕਾ ਦਿੰਦੇ ਹੋ ਲੋਕਾਂ ਨੂੰ ਇੰਨਾ ਆਪਦੇ ਨੇੜੇ ਲਿਆ ਕੇ ਆਪਦੇ ਆਪ ਨੂੰ ਇੰਨੇ ਉਹਨਾਂ ਮੂਰੇ ਵੀਕ ਬਣ ਜਾਂਦੇ ਹੋ ਤੁਸੀਂ ਵੀ ਕੋਈ ਗੱਲ ਨਹੀਂ ਯੂ ਆਰ ਮੇਰਾ ਭਰਾ ਜਾਂ ਯੂ ਆਰ ਜੋ ਵੀ ਸਾਮਨ ਐਲਸ ਨਾ ਫਿਰ ਉਹ ਬੰਦੇ ਜਦੋਂ ਹਰਟ ਕਰਦੇ ਚਾਹੇ ਇੰਡਸਟਰੀ ਤੋਂ ਹੋਣ ਚਾਹੇ ਆਮ ਦੁਨੀਆ ਤੋਂ ਹੋਣ ਤਾਂ ਬੰਦਾ ਕਹਿੰਦਾ ਵੀ ਯਾਰ ਇਹਦਾ ਨਹੀਂ ਆ ਯਾਰ ਨੂੰ ਕਰ ਲਈਏ ਹੈ ਨਾ ਉਦੋਂ ਫਿਰ ਦੁੱਖ ਲੱਗਦਾ ਆਪਾਂ ਮੈਂ ਸੱਚੀ ਇਮੋਸ਼ਨਲ ਬੰਦਾ ਮੈਂ ਮੈਨੂੰ ਕੋਈ ਵੀ ਚੀਜ਼ ਬੰਦਾ ਕੋਈ ਲੱਗਦਾ ਆਪਦਾ ਬੰਦਾ ਜਦੋਂ ਕੁਛ ਕਹਿੰਦਾ ਮੈਨੂੰ ਬੁਰਾ ਲੱਗਦਾ ਮੈਂ ਉਸ ਚੀਜ਼ ਨੂੰ ਫੀਲ ਕਰਦਾ ਮੈਂ ਆਪਦਾ ਲੋਹ ਹੋ ਜਾਂਦਾ ਆਪਦੇ ਆਪ ਮੈਂ ਨਾ ਓਬਜ਼ਰਵ ਕੀਤਾ ਮੈਂ ਕਿਹਾ ਅਰਮਾਨ ਦੇ ਉਹਨਾਂ ਦਾ ਇੱਕ ਬੱਚਾ ਆ ਜਿਹੜਾ ਅਰਮਾਨ ਮਰਨ ਨਹੀਂ ਦੇਣਾ ਚਾਹੁੰਦਾ ਮੈਂ ਸੱਚੀ ਗੱਲ ਮੈਂ ਖੁਸ਼ ਮੈਨੂੰ
ਪਰ ਉਹ ਨਹੀਂ ਹੈਗਾ ਮੈਨੂੰ ਜੇ ਤੁਸੀਂ ਕਹੋਗੇ ਫਲਾਣੀ ਗੱਡੀ ਸਟਾਰਟ ਨਹੀਂ ਹੋ ਰਹੀ ਵੀ ਕਿਉਂ ਨਹੀਂ ਹੋ ਸਕਦੀ ਮੈਨੂੰ ਪਤਾ ਜਾਂ ਗੱਡੀਆਂ ਦਾ ਸ਼ੌਂਕ ਆ ਵੀ ਆਹ ਫਲਾਣੀ ਗੱਡੀ ਦਾ ਕਿਹੜਾ ਹੋਆ ਇੰਜਨ ਕੀ ਯਾਰ ਮੈਨੂੰ ਮੇਰੇ ਨਾਲ ਨਾਲ ਦੇ ਕਈ ਕਹਿੰਦੇ ਕਿ ਹਾਰਨ ਵੱਡੇ ਲਵਾ ਲਾ ਫੋਰਚੂਨਰ ਦੇ ਛੋਟੇ ਜਿਹੇ ਲੱਗਿਆ ਹੋਇਆ ਮੈਂ ਕਿਹਾ ਯਾਰ ਮੈਨੂੰ ਮਤਲਬ ਹੀ ਕੋਈ ਨਹੀਂ ਹੈਗਾ ਵੀ ਮੈਂ ਜਾ ਕੇ ਸ਼ੋਅ ਤੇ ਜਾਣਾ ਉਹ ਵੀ ਲੋਕ ਜੱਜ ਕਰਦੇ ਆ ਵੀ ਯਾਰ ਕਲਾਕਾਰ ਹੈ ਵੀ ਗੱਡੀ ਦੇ ਵਿੱਚ ਕੋਈ ਹੋਣਾ ਚਾਹੀਦਾ ਉਹਦੇ ਕਰਕੇ ਮੈਨੂੰ ਲੋੜ ਨਹੀਂ ਹੈਗੀ ਚੀਜ਼ ਦੀ ਮੈਂ ਜਿੱਥੇ ਮੈਂ ਆਮ ਆਮ ਗੁੱਡਾ ਮੈਂ ਲਾਈਕ ਮੈਨੂੰ ਪ੍ਰੋਬਲਮ ਕੋਈ ਪ੍ਰੋਪਰਟੀ ਸੇਵਰ ਹੈਗੇ ਹੋ ਕਿਸੇ ਚ ਪੈਸੇ ਹੈਗੇ ਪ੍ਰੋਪਰਟੀ ਚ ਇਨਵੈਸਟ ਕਰ ਲਈ ਕਿਤੇ ਕੁਝ ਕਰ ਯਾਰ ਹਾਲੇ ਤੱਕ ਤਾਂ ਇੰਨੇ ਆਈ ਨਹੀਂ ਗਏ ਮੈਂ ਸੇਵ ਕਰਾਂ ਜਿੰਨੇ ਮੈਂ ਸੇਵ ਕਰਾਂ ਮੈਂ ਫੂਕ ਦੇਣਾ ਭਰਾਵਾ ਜਿੰਨੇ ਆਉਂਦੇ ਆ ਮੈਂ ਲਾਈਕ ਫੂਕ ਐਸ ਇਨ ਉਹ ਨਹੀਂ ਮੈਂ ਆਪਦੇ ਆਪ 'ਤੇ ਇਨਵੈਸਟ ਕਰ ਲੈਂਦਾ ਲਾਈਕ ਮੈਂ ਹੁਣ ਮੈਂ ਜਿਵੇਂ ਜਨਵਰੀ ਦੇ ਵਿੱਚ ਮੈਂ ਆਪਦੇ ਨੂੰ ਟੈਲੈਂਟ ਉਹ ਦਿੱਤਾ ਸੀ ਟਾਰਗੇਟ ਦਿੱਤਾ ਸੀ ਮੈਂ ਫਿੱਟ ਹੋਣਾ ਆਪਦੇ ਆਪ ਨੂੰ 6 ਮਹੀਨੇ ਲਾਏ ਮੈਂ ਐਪਸ ਉਪਸ ਜਿਹੇ ਬਣਾ ਲਿਆ ਐਂ ਬਣਾ ਕੇ ਸਿੱਟਦੇ ਵੀ ਚੱਕ ਐਪਸ ਸੱਚੀ ਗੱਲ ਆ ਮੈਂ ਕਹਿ ਹੋ ਹੀ ਰਿਹਾ ਵੀ ਯਾਰ ਲੈ ਆਪਦੇ ਨੂੰ ਉਹ ਦਿੱਤਾ ਸੀ ਟਾਸਕ ਵੀ ਅਰਮਾਨ ਸਿੰਘ ਜੇ ਤੇਰੇ 'ਚ ਹਿੰਮਤ ਹੈ ਨਾ ਬਰੋ ਆਪਦੀਆਂ ਅੱਖਾਂ 'ਚ ਸ਼ੀਸ਼ੇ 'ਚ ਪਾ ਕੇ ਵੀ ਤੂੰ ਕਹਿੰਦੀ ਯਾਰ 6 ਸਾਲ ਹੋ ਗਏ ਜਿੰਮ ਲਾਉਂਦੇ ਰੋਜ਼ ਜਾਂਦਾ ਫਿੱਟ ਤੂੰ ਹੈ ਨੀਗਾ ਕਿਹੜੀ ਕਿਹੜੀ ਗੱਲ ਕਰ ਗਿਆ ਤਾ ਨਾ ਉਦੋਂ ਮੈਂ ਕਿਹਾ ਵੀ ਹੁਣ ਤੂੰ ਤੇਰੇ ਕੋਲ 3-4 ਮਹੀਨੇ ਦਿੰਦਾ ਤੂੰ ਫਿੱਟ ਹੋ ਕੇ ਦਿਖਾ ਫਿਰ ਮੈਂ ਉਹ ਫੋਕਸ ਤਰੀਕੇ ਨਾਲ ਲਿਆ ਤੇ ਫਿਰ ਮੈਂ ਐਪਸ ਬਣਾਏ ਇੰਸਟਾਗ੍ਰਾਮ ਤੇ ਫੋਟੋ ਪਾਈ ਬਿਸਕੁਟ ਜਿਹਾ ਥੱਲੇ ਲਿਖਿਆ ਵੀ ਬਣਾ ਲਏ ਬਿਸਕੁਟ ਜੇ ਇੱਥੇ ਇਹ ਆ ਚੱਕੂਗਾ ਹੁਣ ਇੰਨਾ ਕੁ ਈਜ਼ੀ ਹੋ ਗਿਆ ਵੀ ਅੱਗੇ ਹੁਣ ਤੁਹਾਨੂੰ ਥੋੜੇ ਮੂਰੇ ਫਿਰ ਕਹਿ ਰਿਹਾ ਦਸੰਬਰ 'ਚ ਫਿਰ ਫੋਟੋ ਪਾਈ ਲਓ ਐਪਸ ਨਾਲ ਕੀ ਬਾਤ ਹੈ ਇੰਨਾ ਹਿਸਾਬ ਆ ਗਿਆ ਹੁਣ ਰਾਹ ਪਤਾ ਲੱਗੇ ਵੀ ਐਂ ਜੇ ਐਪਸ ਆ ਗਏ ਮੈਨੂੰ ਸਿਰਾ ਤੇ ਜਦੋਂ ਐਪਸ ਦੀ ਫੋਟੋ ਪਾਉਂਦੇ ਆ ਬਾਈ ਮੈਨੂੰ ਲੱਗਦਾ ਕਿ ਚਲੋ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੋਰ ਇੱਕ ਚੀਜ਼ ਹੋਰ ਦੱਸਾਂ ਇੱਕ ਤੁਹਾਨੂੰ ਮਸਾਲਾ ਦਿੰਦਾ ਵੀ ਜਿੰਨੇ ਤੁਹਾਡੇ ਪਿਆਰੇ ਦੋਸਤ ਹੁੰਦੇ ਆ ਨਾ ਚਾਹੇ ਇੰਡਸਟਰੀ ਦੇ ਹੋਣ ਜਿੰਨੇ ਮਰਜ਼ੀ ਜਿਹੜੇ ਮਰਜ਼ੀ ਹੋਣ ਆ ਫੋਟੋ ਪਾਉਂਗੇ ਬਹੁਤ ਲਾਈਕ ਆਉਂਦੇ ਆ ਜੇ ਤੁਸੀਂ ਕੋਈ ਡਿਫਰੈਂਟ ਚੀਜ਼ ਕਰ ਦੋ ਨਾ ਮੈਂ ਐਪਸ ਬਣਾ ਲਿਆ ਜਾਂ ਕੋਈ ਫਿਲਮ ਕਰ ਦੀ ਲਾਈਕ ਹੀ ਨਹੀਂ ਆਉਂਦੇ ਜਾਣ ਕੇ ਮੈਂ ਕਿਹਾ ਯਾਰ ਇਹਨੇ ਲਾਈਕ ਕੀਤਾ ਮਤਲਬ ਕਿ ਮੈਟਰ ਨਹੀਂ ਕਰਦਾ ਮੈਂ ਕਿਹਾ ਯਾਰ ਕੀ ਹੈ ਯਾਰ ਆ ਤਾਂ ਮੇਰੀ ਰੋਜ਼ ਫੋਟੋ ਲਾਈਕ ਕਰਦਾ ਇਹਨੇ ਕਿਉਂ ਕੀਤਾ ਇਹਨੇ ਕਿਉਂ ਕੀਤਾ ਯਾਰ ਪਤਾ ਨਹੀਂ ਯਾਰ ਕਿਉਂ ਬਾਈ ਮੈਨੂੰ ਐ ਲੱਗਦਾ ਕਿ ਜਿਲ ਚਲ ਮੁੰਡੇ ਲਾਈਕ ਨਹੀਂ ਕਰਦੇ ਕੁੜੀਆਂ ਬਹੁਤ ਕਮੈਂਟ ਕਰਦੀਆਂ ਹੈ ਨਾ ਨਹੀਂ ਉਹ ਠੀਕ ਆ ਮਤਲਬ ਚਲੋ ਤਾਂ ਪਿਆਰ ਹੈ ਗਾਣੇ ਪਿਆਰ ਕਰਦੇ ਤੁਸੀਂ ਸੱਚੀ ਗੱਲ ਦੱਸੋ ਇੱਕ ਜਿੱਥੇ ਕੁੜੀਆਂ ਕੰਪਲੀਮੈਂਟ ਕਰਦੀਆਂ ਅੰਦਰ ਕੁਝ ਤਾਂ ਹੁੰਦਾ ਖੁਸ਼ੀ ਤਾਂ ਹੁੰਦੀ ਹੈ ਮੈਂ ਫਿਰ ਉਹੀ ਗੱਲ ਕਰਦਾ ਵੀ ਮੈਂ ਇਹਦੇ ਚ ਜੇ ਤੁਸੀਂ ਮੈਨੂੰ ਪੁੱਛਦੇ ਕੋਈ ਹੋਰ ਮੈਂ ਕਹਾਣੀ ਤੇ ਦੱਸਦਾ ਚਾਹੇ ਕੁੜੀਆਂ ਕਰਦੀਆਂ ਚਾਹੇ ਮੁੰਡੇ ਕਰਦੇ ਆ ਚਾਹੇ ਕੋਈ ਦਾਦੀ ਕਰਦੇ ਆ ਕੋਈ ਮੈਨੂੰ ਬੀਬੀ ਕਰਦੇ ਕੋਈ ਮੈਨੂੰ ਮੇਰੇ ਕੰਮ ਨੂੰ ਕੋਈ ਬੰਦਾ ਕੋਈ ਵੀ ਐਪਰੀਸ਼ੀਏਟ ਕਰਦਾ ਮੈਂ ਬਹੁਤ ਰਿਸਪੈਕਟ ਕਰਦਾ ਮੈਂ ਬਹੁਤ ਥੈਂਕਫੁਲ ਹਾਂ ਮੈਂ ਬਹੁਤ ਗ੍ਰੇਟਫੁਲ ਹਾਂ ਸੱਚੀ ਗੱਲ ਹੈ ਕੋਈ ਨਹੀਂ ਹੈ ਵੀ ਕੁੜੀਆਂ ਨਹੀਂ ਉਹ ਨਹੀਂ ਮੈਟਰ ਕਰਦਾ ਮੇਰਾ ਕੰਮ ਕੋਈ ਵੀ ਪਸੰਦ ਕਰੇ ਮੈਨੂੰ ਵਧੀਆ ਲੱਗਾ ਤੁਸੀਂ ਕਹੋਗੇ ਗਾਣਾ ਵਧੀਆ ਮੈਂ ਕਹੂੰਗਾ ਲਵ ਯੂ ਵੇਰੇ ਥੈਂਕ ਯੂ ਬੰਦਾ ਪਿਆਰਾ ਹੈ ਯਾਰ ਮੇਰੀ ਗੱਲ ਦੱਸੋ ਯਾਰ ਜਦੋਂ ਆਪਾਂ ਯੂ ਨੋ ਐਕਟਿੰਗ ਵਾਲੇ ਪਾਸੇ ਵੜ ਜਾਂਦੇ ਆ ਸਿੰਗਿੰਗ ਤੇ ਫੋਕਸ ਕਿਉਂ ਘਟ ਗਿਆ ਮੈਨੂੰ ਇਹ ਹਰ ਬੰਦਾ ਹੀ ਕਹਿੰਦਾ ਗਾ ਵੀ ਯਾਰ ਵੀ ਤੂੰ ਕੌਣ ਸੀਗਾ ਦਿਲਪ੍ਰੀਤ ਵੀਰਾ ਅੱਛਾ ਰਾਤ ਨਾ ਪਿਛਲੇ ਹਫਤੇ ਮਿਲਿਆ ਨਹੀਂ ਨਹੀਂ ਮੈਂ ਰਾਤ ਮਿਲਿਆ ਰਾਤ 12 ਵਜੇ ਮੈਨੂੰ ਕਾਲ ਆਇਆ ਮੈਂ ਘਰੇ ਇੱਥੋਂ ਜਾ ਕੇ ਨਾ ਮੈਂ ਕਿਹਾ ਡਨ ਕਰਕੇ ਆਪਣਾ ਸਕੈਡਿਊਲ ਕਰਕੇ ਮੈਂ ਸੌਂਦਾ 12 ਵਜੇ 12:15 ਘਰੇ ਪਹੁੰਚਿਆ ਮੈਨੂੰ ਫੋਨ ਆਇਆ ਵੇਦਰ ਫਰੋਮ ਨੋਵੇਅਰ ਕਿੱਥੇ ਆ ਮੈਂ ਘਰੇ ਹਾਂ ਸ਼ੂਟ ਕਰੀਏ ਮੈਂ ਕਿਹਾ ਸ਼ੂਟ ਕਰੀਏ ਫਿਲਮ 'ਚ ਵੀਰੇ ਦਾ ਗਾਣਾ ਗਾ ਵੀ ਵੀਰੇ ਨੇ ਸਿੰਗ ਕਰਨੇ ਸੀ ਮਾਂ ਵੀਰੇ ਹਾਂਜੀ ਹਾਂਜੀ ਮੈਂ ਕਿਹਾ ਹੁਣ ਜੇ ਬੰਦਾ ਕਹਿ ਰਿਹਾ ਕਰ ਲਈਏ ਨਬੇੜ ਕੋਈ ਪਤਾ ਨਹੀਂ ਕੱਲ ਨੂੰ ਕਰੇ ਮੈਂ ਕਿਹਾ ਹਾਂਜੀ ਹਾਂਜੀ ਫਲਾਣੀ ਥਾਂ 'ਤੇ ਆ ਜਾ ਇੰਨੇ ਟਾਈਮ 'ਚ ਮੈਂ ਨਾ ਆਪਦਾ ਵੀਡੀਓ ਡਾਇਰੈਕਟਰ ਠਾਇਆ ਰਾਤ ਨੂੰ DOP ਠਾਇਆ ਰਾਤ ਨੂੰ ਅੱਜ ਸਵੇਰ ਦੀ ਗੱਲ ਅੱਜ 12 ਵਜੇ ਲਾਈਕ 12 ਘੰਟੇ ਪਹਿਲਾਂ ਮੈਂ ਠਾਇਆ ਮਹਾਂ ਛੇਤੀ ਉਸਤਾਦ ਜੀ ਮੈਂ ਆ ਰਿਹਾ ਕੋਈ ਬੰਦਾ ਕਹਿੰਦਾ ਮੈਂ ਭਾਈ ਤੇ ਵਾਲਾਂ ਦਾ ਤੇਲ ਲਾਇਆ ਹੋਇਆ ਮੈਂ ਸੁੱਤਾ ਪਿਆ ਮਹਾਂ ਤੂੰ ਧੋ ਭਰਾਵਾ ਆ ਜਾ ਮੈਂ ਤੈਨੂੰ ਪਿੱਕ ਕਰਨ ਆ ਰਿਹਾ ਉਹ ਫਿਰ ਆਪਦੇ ਕੱਪੜੇ ਕੁੱਪੜੇ ਚੱਕ ਕੇ ਮੈਂ ਗਿਆ ਸ਼ੂਟ ਤੇ ਵੀਰੇ ਦਾ ਆਪਦਾ ਸ਼ੂਟ ਚੱਲਦਾ ਸੀ 3-4 ਘੰਟੇ ਲੱਗੇ ਹੈ ਨਾ ਅਸੀਂ ਬੈਠੇ ਸਵੇਰੇ 6 ਵਜੇ ਵਾਪਸ ਆਇਆ ਮੈਂ ਵੀਰਾ ਮੈਨੂੰ ਕਹਿੰਦਾ ਯਾਰ ਤੇਰੀ ਫਿਲਮ ਵਧੀਆ ਤੇਰੀ ਤੇਰਾ ਕੀ ਆ ਟ੍ਰੇਲਰ ਵਧੀਆ ਲੱਗਿਆ ਮੈਨੂੰ ਹੁਣ ਤੂੰ ਐਕਟਰ ਲੱਗ ਰਿਹਾ ਪਿਛਲੀ ਨਾਲੋਂ ਬੈਟਰ ਲੱਗ ਰਿਹਾ ਮੈਂ ਥੈਂਕ ਯੂ ਵੀਰੇ ਕਹਿੰਦਾ ਯਾਰ ਤੂੰ ਹੀ ਆਪਦਾ ਨਾ ਵੀ ਆਪਦੇ ਗਾਣੇ ਤੂੰ ਧਿਆਨ ਰੱਖ ਕੇ ਐਕਟਿੰਗ ਕਿੰਨੀ ਧਿਆਨ ਦਿੱਤਾ ਪਰ ਜਿਹੜਾ ਤੂੰ ਕੰਮ ਕੀਤਾ ਵਧੀਆ ਕੀਤਾ ਮੈਂ ਵੀਰੇ ਨੂੰ ਕਿਹਾ ਮੈਂ ਵੀਰੇ ਮਹਾਂ ਵੀਰੇ ਵੀ ਐਕਟਿੰਗ ਤੇ ਧਿਆਨ ਤਾਂ ਹੈਗਾ ਪਰ ਗਾਣੇ 'ਤੇ ਹੀ ਨਹੀਂ ਹੈਗਾ ਮੈਂ ਅਨਫੋਕਸਡ ਹੈਗਾ ਪਿਛਲੇ 4 ਮਹੀਨੇ ਆਪਦੇ ਆਪ ਨੂੰ ਫਿੱਟ ਕਰਨ 'ਤੇ ਲਾ ਦੇ ਵੀ ਮੈਂ ਵੀ ਐਪਸ ਉਪਸ ਜੇ ਬਣਾਉਣੇ ਆਪਦੇ ਚੈਲੰਜ ਆ ਵੀ ਹੁਣ ਮੇਰੇ ਕੋਲ ਗਾਣੇ ਲਿਟਰਲੀ ਮੇਰੇ ਕੋਲ 2 ਵੀਡੀਓ ਬਣੇ ਪਏ ਆ ਲਾਈਕ ਪੈਕਡ ਵੀ ਮੈਂ ਕੱਲ੍ਹ ਨੂੰ ਪੋਸਟਰ ਪਾ ਲਾਂ ਮੈਂ ਕਰਦਾ ਮੈਂ ਕਿਹਾ ਵੀ ਚਲੋ ਪਹਿਲਾਂ ਫਿਲਮ ਕਰ ਲਈਏ ਤੇ ਮਿਹਨਤ ਬਹੁਤ ਲੱਗੀ ਹੈ ਗਾਣੇ ਤਾਂ ਵੀਰੇ ਗਾਣੇ ਇਜ਼ ਲਾਈਫ ਮਿਊਜ਼ਿਕ ਇਜ਼ ਲਾਈਫ ਮਿਊਜ਼ਿਕ ਜੇ ਅਰਮਾਨ ਵੇਲ ਤੋਂ ਕੱਢਦਾ ਅਰਮਾਨ ਵੇਲ ਇੱਕ ਦਿਨ ਜਿੰਦਾ ਜਿੰਦਾ ਹੈ ਸਾਰਾ ਮੈਨੂੰ ਨਾ ਇਹ ਨਾ ਹੁਣ ਤੁਹਾਡੇ ਨਾਲ ਗੱਲ ਕਰਦੇ ਕਰਦੇ ਚੀਜ਼ ਯਾਦ ਆਈ ਸੈਮ ਨਾਲ ਮੈਂ ਇੰਟਰਵਿਊ ਕੀਤੀ ਸੈਮ ਨਾਲ ਇੰਟਰਵਿਊ ਕਰਦੇ ਕਰਦੇ ਗੈਰੀ ਸੰਧੂ ਬਾਈ ਨੂੰ ਵੀਡੀਓ ਕਾਲ ਆਪਾਂ ਲਾਈ ਵੀਡੀਓ ਕਾਲ ਤੇ ਆਪਾਂ ਰੌਣਕਾਂ ਲਾਈਆਂ ਇੰਟਰਵਿਊ 'ਚ ਅੱਛਾ ਤੇ ਹੁਣ ਦਿਲਪ੍ਰੀਤ ਢਿੱਲੋਂ ਬਾਈ ਨੂੰ ਫੋਨ ਲਾਓ ਮੈਂ ਵੀਡੀਓ ਕਾਲ ਲਾਓ ਐਕਸਕਿਊਜ਼ ਮੀ ਫੋਨ ਦਿਓ ਬਾਈ ਫੋਨ ਦਿਓ ਅਰਮਾਨ ਬਾਈ ਦਾ ਫੋਨ ਦਿਓ ਫੋਨ ਦਿਓ ਪਲੀਜ਼ ਫੋਨ ਦਿਓ ਮੈਂ ਫੋਨ ਇੱਕ ਦੋ ਬੰਦੇ ਨੂੰ ਫੋਨ ਲਾ ਸਕਦਾ ਚਲੋ ਹਾਂ ਪਲੀਜ਼ ਲਾਓ ਮੈਂ ਜਾਣਾ ਕਿ ਅੱਜ ਯਾਰ ਦੇਖਿਆ ਜਾਵੇ ਅਰਮਾਨ ਦੇਖੋ ਮੈਂ ਉਹਨੂੰ ਕੋਸ਼ਿਸ਼ ਦਿਲਪ੍ਰੀਤ ਵੀਰ ਦਾ ਹੁਣ ਮੈਨੂੰ ਵਿਸ਼ਵਾਸ ਨਹੀਂ ਹੁਣ ਫੋਨ ਚੱਕੂ
ਕਿਉਂਕਿ ਦਿਲਪ੍ਰੀਤ ਭਾਈ ਨੇ ਬੜਾ ਧੱਕਾ ਕੀਤਾ ਸਵੇਰੇ 12 ਵਜੇ ਠਾ ਕੇ ਤਿਆਰ ਕਰਵਾ ਕੇ ਸਾਰਿਆਂ ਨੂੰ, ਤੇ ਹੁਣ ਅਰਮਾਨ ਭਾਈ ਦੇਖਦੇ ਹੁਣ ਕਿੰਨਾ ਕੁ ਫਾਇਦਾ ਚੱਕਦੇ ਆ ਦਿਲਪ੍ਰੀਤ ਢਿੱਲੋਂ ਬਾਈ ਦਾ। ਆ ਜਾਓ ਬਾਈ, ਮੈਂ ਕਾਲ ਲਾਉਣਾ, ਤੁਸੀਂ ਹੁਣ ਦੇਖਿਓ ਮੈਂ ਫੋਨ ਤਾਂ ਲਾ ਲਿਆ ਸਨੈਪਚੈਟ ਤੇ, ਨਹੀਂ ਨਹੀਂ ਚੱਕ ਕਾਕੀ ਨੂੰ ਲਾਉਂਗਾ, ਉਹ ਤੇ ਉਹਨੂੰ ਦੋ ਤਿੰਨ ਬੰਦੇ ਨੂੰ ਪਤਾ ਨਹੀਂ ਕੱਟ ਦੇਗਾ। ਦਿਲਪ੍ਰੀਤ ਭਾਈ ਨੇ ਸ਼ਕਲ ਦੇਖ ਲਈ, ਦਿਲਪ੍ਰੀਤ ਭਾਈ ਨੇ ਕਹਿਣਾ ਲੈ ਵੀ ਫੜ ਲਿਆ ਅੱਜ ਫਿਰ ਤਾਂ ਅੱਜ ਦੇਖਿਆ ਹੁਣ ਤੁਸੀਂ ਦਿਲਪ੍ਰੀਤ ਢਿੱਲੋਂ ਬਾਈ ਨੂੰ ਫੋਨ ਹੜਿਆ ਤੇ ਫੋਨ ਚੱਕ ਲਿਓ, ਮੈਨੂੰ ਲੱਗਦਾ ਨਹੀਂ ਚੱਕੂਗਾ ਮੇਰਾ, ਢਿੱਲੋਂ ਦੇਖਦੇ ਆ ਮੈਂ ਇੰਟਰਵਿਊ ਚ ਬੈਠਾ ਬਾਬਾ ਜੀ, ਕੋਈ ਗਲਤ ਨੀ ਬੋਲਣਾ ਕੁਛ, ਇੱਕ ਵਾਰ ਚਲੋ ਹੈਲੋ ਕਹਿ ਦੋ, ਸਤਿ ਸ਼੍ਰੀ ਅਕਾਲ ਕਹਿ ਦੋ, ਸਾਰਿਆਂ ਨੂੰ ਤੁਹਾਨੂੰ ਦੇਖ ਰਿਹਾ ਸਾਰੇ। ਧੰਨਵਾਦ, ਤੁਸੀਂ ਫੋਨ ਚੱਕਿਆ, ਅਰਮਾਨ ਦੀ ਇੱਜ਼ਤ ਰੱਖ ਲਈ, ਹੋਰ ਕੁਛ ਨੀ। ਬਾਕੀ ਆਪਾਂ ਪਰਸਨਲ ਕਰਾਂਗੇ, ਬਾਕੀ ਪਰਸਨਲ ਟਾਕ ਹੋਈ ਨਹੀਂ ਬਾਈ, ਲਵ ਯੂ ਹੋ ਗਿਆ ਨਾ ਬਾਈ, ਥੈਂਕ ਯੂ, ਲਵ ਯੂ, ਥੈਂਕ ਯੂ ਬਾਈ, ਥੈਂਕ ਯੂ, ਲਵ ਯੂ। ਤਾਂ ਮੈਂ ਨਾ ਐਕਚੁਅਲ ਜਿਹੜਾ ਸੈਮ ਨੂੰ ਇਹੀ ਗੱਲ ਕਹੀ ਸੀ ਕਿ ਮੈਂ ਕਿਹਾ ਵੀ ਜਿਹੜਾ ਪਿਆਰ ਹੁੰਦਾ ਨਾ ਇਹ ਰੀਅਲ ਹੁੰਦਾ, ਇਹ ਦਿਲ ਤੋਂ ਹੁੰਦਾ। ਉਹ ਦਿਲਪ੍ਰੀਤ ਨਾਲ ਵੀ ਆ, ਉਹ ਫਿਰ ਉਹ ਇਸ ਟਾਈਮ ਬਿਜ਼ੀ ਹੋਣਾ ਕਿਤੇ ਤਾਂ ਨਹੀਂ ਪਹੁੰਚਿਆ, ਕਹਿੰਦੇ ਉਹਨੇ ਲਾਣ ਨਾਲ। ਨਹੀਂ ਅਰਮਾਨ ਭਾਈ, ਜਿਹੜੀ ਯਾਰੀ ਆ ਇਹ ਪਗਾਉਣੀ ਕਿੰਨੀ ਕੁ ਅਰਮਾਨ ਨੂੰ ਜ਼ਰੂਰੀ ਲੱਗਦੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ, ਮੈਨੂੰ ਮੇਰੀ ਜ਼ਬਾਨ ਬੜੀ ਜਬ ਪਗਾਉਣੀ ਬਹੁਤ ਉਹ ਆ, ਮੈਂ ਜੇ ਉਹ ਬੰਦੇ ਨੂੰ ਬੰਦਾ ਹੀ ਨਹੀਂ ਮੰਨਦਾ ਜਿਹੜਾ ਉਹਦੀ ਜ਼ਬਾਨ ਦਾ ਨਹੀਂ ਹੈਗਾ, ਜਿਹੜੀ ਗੱਲ ਐਥਿਕਸ। ਮੈਂ ਜੇ ਮੈਂ ਤੁਹਾਨੂੰ ਕਹਿਤੀ ਵੀ ਵੀਰੇ ਫਲਾਣੀ ਗੱਲ ਆ ਹੋਊਗੀ, ਉਹ ਅਰਮਾਨ ਬੇਦਲ ਨੂੰ ਪਗਾਉਣ ਵਾਸਤੇ ਜੋ ਮਰਜ਼ੀ ਉਹ ਪਗਾਊਗਾ, ਮੈਂ ਇੱਦਾਂ ਦੇ ਮੇਰੇ ਆੜੀ ਇੱਦਾਂ ਦੇ ਆ ਜਿਹੜੇ ਉਹ ਚੀਜ਼ 'ਤੇ ਲਾਈਕ ਉਹ ਇੱਦਾਂ ਵੀਕ ਹੁੰਦੇ ਜਾਂ ਕੁਛ, ਮੈਂ ਔਰ ਚਲੋ ਹਰ ਬੰਦੇ ਡਿਫਰੈਂਟ ਚੀਜ਼ ਹੁੰਦੀ ਹੈ, ਪਰ ਮੈਂ ਬੰਦੇ ਨੂੰ ਬੰਦਾ ਨਹੀਂ ਸਮਝਦਾ ਵੀ ਜਿਹੜੇ ਜ਼ਬਾਨ ਦਾ ਨਹੀਂ ਰਿਹਾ, ਬੰਦਾ ਉਹੀ ਹੁੰਦਾ ਜਿਹੜਾ ਜ਼ਬਾਨ ਦੀ ਗੱਲ ਕਰੇ ਆ। ਰਿਸ਼ਤੇ ਅਰਮਾਨ ਆਪਣੀ ਜ਼ਿੰਦਗੀ ਸੰਭਾਲ ਕੇ ਰੱਖਦਾ ਭਾਵੇਂ ਜੋ ਮਰਜ਼ੀ ਹੋਣ, ਮੈਨੂੰ ਕੋਈ ਮੈਨੂੰ ਦੁੱਖ ਲੱਗਦਾ ਹੁੰਦਾ ਵੀ ਜਿਹੜਾ ਚੰਗਾ ਰਿਸ਼ਤਾ ਜਦੋਂ ਟੁੱਟਦਾ ਨਾ, ਕਿਉਂਕਿ ਇਸ ਸਸਤੇ ਦੁਨੀਆਂ ਦੇ ਵਿੱਚ ਜਾਂ ਸਸਤੇ ਰਿਸ਼ਤਿਆਂ ਦੀ ਦੁਨੀਆਂ ਵਿੱਚ ਜਿਹੜੇ ਉੱਦਾਂ ਦੇ ਰਿਸ਼ਤੇ ਹੁੰਦੇ ਨੇ ਬੜੇ ਮਹਿੰਗੇ ਹੁੰਦੇ ਆ, ਉਹ ਮਹਿੰਗੇ ਰਿਸ਼ਤੇ ਜਦੋਂ ਬੰਦਾ ਖੋਹਦਾ ਨਾ ਬੜਾ ਦੁੱਖ ਲੱਗਦਾ। ਉਹਦੀ ਕੋਈ ਕੀਮਤ ਨਹੀਂ ਹੁੰਦੀ ਬਈ, ਹੈ ਨਾ, ਉਹਨੂੰ ਤੁਸੀਂ ਪੈਸਿਆਂ 'ਚ ਨਹੀਂ ਤੋਲ ਸਕਦੇ ਕਿ ਬੰਦੇ ਨੂੰ ਸਾਨੂੰ ਕਿੰਨਾ ਬੈਨੀਫਿਟ ਹੋ ਰਿਹਾ ਕਿੰਨਾ ਕੁ ਨਹੀਂ। ਯਾਰ ਵੀਰੇ ਜਿਹੜਾ ਰਿਸ਼ਤਾ ਜਿਹੜਾ ਪਿਆਰ ਹੋ ਗਿਆ ਨਾ, ਜਿੱਥੇ ਚਾਹੇ ਭਰਾ ਦਾ ਹੋ ਗਿਆ ਜਿਹੜਾ ਮਰਜ਼ੀ ਹੋ ਗਿਆ, ਉੱਥੇ ਬੰਦਾ ਫਾਇਦਾ ਨਹੀਂ ਦੇਖਦਾ। ਮੈਂ ਜ਼ਿੰਦਗੀ 'ਚ ਵਾਹਿਗੁਰੂ ਦੀ ਕਸਮ ਦੀ ਗੱਲ ਕਰਦਾ, ਮੈਂ ਕਦੇ ਵੀ ਉਸ ਬੰਦੇ ਮਤਲਬ ਜੇ ਮੈਨੂੰ ਥੋੜ੍ਹਾ ਤਾਂ ਫਾਇਦਾ, ਮੈਨੂੰ ਜੇ ਮੈਨੂੰ ਤੁਸੀਂ ਬੰਦੇ ਨਹੀਂ ਚੰਗੇ ਲੱਗੇ ਨਾ ਵੀਰੇ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ। ਜੇ ਮੈਨੂੰ ਤੁਹਾਡੇ ਤੋਂ ਨਹੀਂ ਫਾਇਦਾ, ਜ਼ੀਰੋ ਫਾਇਦਾ, ਤੁਸੀਂ ਮੈਨੂੰ ਬੰਦੇ ਬੜੇ ਕਮਾਲ ਦੇ ਲੱਗੇ, ਮੈਂ ਕਹੂੰਗਾ ਮੇਰਾ ਭਰਾ ਹੈ ਯਾਰ, ਕਹਿਣ ਲਿਟਰਲੀ ਮੇਰੀ ਸੋਚ ਇਦਾਂ। ਆਪਾਂ ਕੁਛ ਟਾਈਮ ਪਹਿਲਾਂ ਜਦੋਂ ਪਿੱਛੇ ਮਿਲੇ ਸੀਗੇ ਤੁਹਾਡੇ ਫਾਦਰ ਸਾਹਿਬ ਨਾਲ ਤੁਹਾਡੀ ਗੱਲਬਾਤ ਜਦੋਂ ਹੋਈ ਸੀਗੀ, ਉਸ ਟਾਈਮ ਚਲੋ ਤੁਸੀਂ ਫਾਦਰ ਦੇ ਸਨ ਕੋਲ ਬੈਠੇ ਸੀਗੇ, ਬਟ ਮੈਂ ਤੁਹਾਡੇ ਬ੍ਰਦਰ ਦਾ ਜ਼ਿਕਰ ਨਹੀਂ ਕੀਤਾ, ਤਾਂ ਅਰਮਾਨ ਦੀ ਜ਼ਿੰਦਗੀ 'ਚ ਅਰਮਾਨ ਦੇ ਭਰਾ ਦਾ ਕਿੰਨਾ ਕੁ ਸਾਥ? ਬੜਾ ਕਮਾਲ ਦਾ, ਬੜਾ ਕਮਾਲ ਦਾ। ਮੇਰਾ ਵੱਡਾ ਭਰਾ ਅਮਨ ਵੀਰਾ, ਅਮਨ ਬੇਦਲ, ਅਤੇ ਛੋਟਾ ਭਰਾ ਮੇਰਾ ਫਰਿਆਦ, ਉਹ ਤਾਂ ਉਹ ਫਰਿਆਦ ਸਾਡਾ ਐਕਟਿਵ ਆ ਕਿਉਂਕਿ ਜਵਾਕ ਛੋਟਾ ਹਲੇ, ਉਹ ਰੋਜ਼ ਮੈਨੂੰ, ਮੈਂ ਨਾ ਅੱਜ ਸਵੇਰੇ ਨਾ ਕੀ ਹੋਇਆ, ਐਗਜ਼ਾਮਪਲ ਦੇਣਾ ਤੁਹਾਨੂੰ ਮੈਂ, ਜਦੋਂ ਵੱਡੇ ਭਰਾ ਹੁੰਦੇ ਨਾ ਮੇਰੇ, ਜਦੋਂ ਅਸੀਂ ਜਦੋਂ ਵੱਡੇ ਹੋਏ ਨੇ, ਸਾਡੀ ਇੱਕ ਬੜੀ ਤੁਹਾਡੀ ਵੀ ਤੁਸੀਂ ਵੀ ਸਮਝੋਗੇ ਗੱਲ, ਜਾਂ ਤੁਸੀਂ ਆਪਦੇ ਫਾਦਰ ਨੂੰ ਮਦਰ ਨਾਲ, ਅਸੀਂ ਐਕਸਪ੍ਰੈਸਿਵ ਨਹੀਂ ਹੁੰਦੇ ਮੁੰਡੇ, ਤੁਸੀਂ ਕਰੋਗੇ ਨਾ ਵੀ ਯਾਰ ਅਸੀਂ, ਤੁਸੀਂ ਮੰਮੀ ਨੂੰ ਕਿੰਨਾ ਕਹਿੰਦੇ ਮੰਮੀ ਆਈ ਲਵ ਯੂ ਸੋ ਮਚ, ਜਾਂ ਕਦੋਂ ਆਪਦੇ ਬਾਪੂ ਨੂੰ ਕਹਿੰਦੇ ਕਿ ਆਈ ਲਵ, ਜਾਂ ਆਪਦੀ ਭੈਣ ਨੂੰ ਕਹਿੰਦੇ ਕਿ ਆਈ ਲਵ ਯੂ ਸੋ ਮਚ, ਨਹੀਂ ਕਹਿੰਦੇ ਅਸੀਂ ਉਹੀ ਗੱਲਾਂ ਜਿਹੀ ਆਉਂਦੇ, ਹਾਂ ਠੀਕ ਆ ਓਕੇ ਵਧੀਆ ਵਧੀਆ, ਉਵੇਂ ਸਾਡੇ ਮੇਰੇ ਦੇ ਵੱਡੇ ਭਰਾ ਦਾ ਵੀ ਗੱਲ ਹੈ, ਅਸੀਂ ਗੱਲ ਕਰਦੇ ਹਾਂ ਹੋਰ ਕਿਵੇਂ ਠੀਕ ਠਾਕ ਆ, ਆਹ ਕੰਮ ਚੱਲ ਰਿਹਾ ਫਲਾਣਾ ਫਲਾਣਾ, ਮੈਨੂੰ ਪਤਾ ਇਹਨਾਂ ਮੇਰੇ ਨਾਲ ਬਹੁਤ ਪਿਆਰ ਕਰਦੇ, ਜਿਹੜਾ ਸਾਡਾ ਛੋਟਾ ਉਹ ਬੜਾ ਉਹ ਹੈ, ਕਿਉਂਕਿ ਛੋਟਾ ਸਾਡੇ ਤੋਂ ਨੋਟੀ ਆ, ਨੋਟੀ ਆ ਜਾਂ ਸਿਆਣਾ ਬੜਾ ਬਾਹਰ ਹੈ ਰਾਈਟ ਨਾਓ ਕੈਨੇਡਾ 'ਚ ਹੋਗਾ, ਉਹ ਫੋਨ ਉਹਨੇ ਹਰ ਚੀਜ਼ ਸ਼ੇਅਰ ਕਰਨੀ, ਅੱਛਾ ਚਾਹੇ ਕਰ ਰਹੇ ਵੀਰੇ ਆਹ ਕਰੋ ਵੀ ਵੀਰੇ ਆਪਾਂ ਫਲਾਣੀ ਥਾਂ 'ਤੇ ਫਿਲਮ ਲੱਗ ਰਹੀ ਆ ਆਪਣੀ, ਆਪਾਂ ਸਪੋਰਟ ਕਰਾਂਗੇ ਜਾਂ ਕਰਾਂਗੇ, ਅਤੇ ਉਹ ਅੱਜ ਸਵੇਰੇ ਨਾ ਮੈਂ ਨਾ ਸਵੇਰੇ 7 ਮੈਂ ਸ਼ੂਟ ਤੋਂ ਆਇਆ ਸੱਚ 1 ਵਜੇ ਦਿਲਪੀ ਵੇ ਦੇ ਸ਼ੂਟ ਤੋਂ ਆਇਆ, ਮੈਂ ਘਰੇ ਆਇਆ, ਮੈਂ ਨਾ 2 ਰੀਲਾਂ ਇਕੱਠੀਆਂ ਪਾ ਦੀਆਂ, ਫਿਰ ਇੱਕ ਫੋਟੋ ਪਾ ਦੀ, 2 ਰੀਲਾਂ ਸ਼ਡਿਊਲ ਕਰਤੀਆਂ ਮੈਂ, ਜਦੋਂ ਮੈਂ ਇਹ 2 ਰੀਲਾਂ ਪਾਉਣ ਤੋਂ ਬਾਅਦ ਮੈਂ ਨਾ ਇੱਕ ਉਹ ਪਾ ਤੀ ਵੀ ਆਸਕ ਮੀ ਅ ਕੁਐਸਚਨ, ਆਪਾਂ ਗੱਲਾਂ ਕਰਦੇ ਹਾਂ, ਮੈਨੂੰ ਤਾਂ ਮੈਸੇਜ ਆਇਆ, ਮੈਂ ਸਕਰੀਨਸ਼ਾਟ ਪਾ ਕੇ ਸਟੋਰੀ 'ਚ ਪਾਇਆ,
ਕਹਿੰਦਾ ਵੀਰੇ ਕੀ ਗੱਲ ਸੈਂਟੀ ਜਿਹੇ ਲੱਗਦੇ ਹੋ ਅੱਜ ਵੀ ਇੰਨੀ ਕਿਵੇਂ ਸ਼ੇਅਰ ਕਰ ਰਹੇ ਹੋ ਕਿ ਮੈਂ ਨਹੀਂ ਕਰਦਾ ਇੰਨੀ ਪੋਸਟ ਕਹਿੰਦਾ ਵੀਰੇ ਠੀਕ ਹੈ ਸਭ ਕੁਛ ਮੈਂ ਫਿਰ ਲੋਲ ਲਿਖ ਕੇ ਮੈਂ ਸਟੋਰੀ 'ਚ ਪਾਇਆ ਵੀ ਦੇਖੋ ਛੋਟਾ ਭਰਾ ਮੇਰਾ ਕਿੰਨਾ ਉਹ ਕਰਦਾ ਨਾ ਉਹਨੂੰ ਪਤਾ ਹੀ ਯਾਰ ਮੇਰਾ ਵੀ ਹਨਾ ਵੀ ਸਮਥਿੰਗ ਇਜ਼ ਨੋਟ ਫੀਲਿੰਗ ਹੀ ਇਜ਼ ਨੋਟ ਫੀਲਿੰਗ ਗੁੱਡ ਸਮਥਿੰਗ ਲਾਈਕ ਉਹ ਹੀ ਪਾਈ ਜਾਂਦਾ ਬੈਠਾ ਨਾ ਲਾਈਕ ਇਮੋਸ਼ਨਲ ਆ ਜੋ ਵੀ ਹੈ ਨਾ ਇਹਦਾ ਕਰਕੇ ਉਹ ਇੰਨਾ ਪਿਆਰ ਹੈਗਾ ਪਿਆਰਾ ਭਰਾ ਬਟ ਮੈਨੂੰ ਨਾ ਮੈਂ ਐਕਚੁਅਲ 'ਚ ਨਾ ਚਾਹੁੰਦਾ ਸੀ ਅਰਮਾਨ ਬਈ ਕਿ ਜ਼ਿੰਦਗੀ 'ਚ ਬੇਸ਼ੱਕ ਅਸੀਂ ਕੁਛ ਟਾਈਮ ਬਾਅਦ ਮਿਲੀਏ ਪਰ ਮੈਨੂੰ ਐਵੇਂ ਲੱਗਦਾ ਕਿ ਅਰਮਾਨ ਨੂੰ ਅਰਮਾਨ ਇੱਕ ਓਨੈਸਟ ਬੰਦਾ ਆ ਦਿਲ ਦਾ ਸਾਫ ਬੰਦਾ ਆ 100% ਅਰਮਾਨ ਦੇ ਦਿਲ 'ਚ ਉਹ ਬੱਚਾ ਆ ਜਿਹੜਾ ਹਰ ਕਿਸੇ ਦੇ ਦਿਲ 'ਚ ਹੈਗਾ ਜਿਹੜਾ ਹਰ ਕਿਸੇ ਦੇ ਅੰਦਰ ਹੈਗਾ ਪਰ ਅਰਮਾਨ ਐਕਸਪ੍ਰੈਸ ਕਰਦਾ ਦੂਜਾ ਬੰਦਾ ਐਕਸਪ੍ਰੈਸ ਕਰਨ ਲੱਗਿਆ ਸੋਚਦਾ ਪਰ ਮੈਨੂੰ ਤੁਹਾਡੀ ਇਹ ਰੀਅਲਨੈਸ ਨਾ ਤੁਹਾਡੀ ਇਹ ਕਾਇੰਡਨੈਸ ਇਹ ਇਹ ਐਕਚੁਅਲ 'ਚ ਬੜੀ ਓਨੈਸਟ ਲੱਗੀ ਬਨਾਵਟੀ ਨਹੀਂ ਹੈਗੀ ਵਾਹਿਗੁਰੂ ਦੀ ਕਸਮ ਲੱਗੀ ਮੇਰੇ ਯਾਰ ਮੈਂ ਬਣਾਵਟੀ ਬਣ ਹੀ ਨਹੀਂ ਸਕਦਾ ਯਾਰ ਮੈਨੂੰ ਤਾਂ ਐਂ ਲੱਗਦਾ ਵੀ ਆਹ ਕੀ ਆ ਮੈਂ ਨਹੀਂ ਇੱਦਾਂ ਦਾ ਹੈਗਾ ਜੇ ਮੈਂ ਬਣਾਵਟੀ ਬਣਨ ਦੀ ਕੋਸ਼ਿਸ਼ ਕਰਾਂ ਮੇਰਾ ਇੱਕ ਐਗਜ਼ਾਮਪਲ ਦਿੰਦਾ ਕੋਈ ਯਾਦ ਆ ਗਈ ਮੈਨੂੰ ਮੈਂ ਕਿਤੇ ਇੱਕ ਸ਼ੋਅ 'ਤੇ ਗਿਆ ਉਹ ਕਹਿੰਦੇ ਵੀ ਐਂ ਗਾ ਅਤੇ ਮਾਈਕ 'ਤੇ ਪਿੱਛੇ ਮਿਊਜ਼ਿਕ ਲਾਵਾਂਗੇ ਗਾਵਾਂਗੇ ਮੈਨੂੰ ਗਾਉਣਾ ਵਾ ਔਖਾ ਲੱਗਿਆ ਯਾਰ ਮੈਂ ਤਾਂ ਗਾ ਤਾਂ ਰਿਹਾ ਨਹੀਂ ਯਾਰ ਮੈਂ ਕਿਵੇਂ ਜੇ ਕਰਾਂ ਜੇ ਮੈਂ ਯਾਰ ਮੈਂ ਨਹੀਂ ਹੈਗਾ ਮੈਂ ਗਾਊਂਗਾ ਤਾਂ ਅਸਲੀ ਗਾਊਂਗਾ ਮੈਂ ਤਾਂ ਸਿੰਕ ਸੁੰਕ ਜੀ ਨਹੀਂ ਹੁੰਦੇ ਇੱਦਾਂ ਕਰਕੇ ਲਾਈਵ ਲਾਈਕ ਲਾਈਵ ਸ਼ੋਅ 'ਤੇ ਉਹ ਇੱਕ ਜਸਟ ਛੋਟੀ ਜਿਹੀ ਐਗਜ਼ਾਮਪਲ ਹੈ ਮੇਰੇ ਤੋਂ ਨਹੀਂ ਬਨਾਵਟੀ ਹੋ ਜਾਂਦਾ ਮੈਂ ਜੇ ਮੈਨੂੰ ਕੋਈ ਬੰਦਾ ਮੈਂ ਫਾਇਦੇ ਪਿੱਛੇ ਕਿਸੇ ਬੰਦੇ ਨਾਲ ਕਨੈਕਟ ਨਹੀਂ ਕਰਦਾ ਮੈਨੂੰ ਪਿਆਰ ਆਉਂਦਾ ਮੈਂ ਉਹਦੇ ਪਿੱਛੇ ਦੀ ਰੂਹ ਦੇ ਤਾਂ ਹੀ ਮੈਨੂੰ ਇੱਦਾਂ ਲੱਗਦਾ ਕਿ ਤੁਹਾਡੇ ਜਿਹੜੇ ਦੋਸਤ ਜਿਹੜੇ ਭਰਾ 'ਚ ਕਨਵਰਟ ਹੋਇਆ ਸੁੱਖ ਸੰਗੇੜੇ ਹੋਰੀ ਉਹਨਾਂ ਨੇ ਇੱਦਾਂ ਦਾ ਬਿਲੀਵ ਤੁਹਾਡੇ 'ਤੇ ਰੱਖਿਆ ਕਿ ਉਹਨਾਂ ਨੇ ਪ੍ਰੋਫਿਟ ਲੋਸ ਨਹੀਂ ਦੇਖਿਆ ਪਹਿਲੀ ਫਿਲਮ 'ਚੋਂ ਉਹਨਾਂ ਨੇ ਇਹ ਦੇਖਿਆ ਕਿ ਇਹ ਬੰਦਾ ਸਾਨੂੰ ਜੈਨੂਨ ਲੱਗਿਆ ਇਹਦੇ ਨਾਲ ਹੀ ਆਪਾਂ ਦੂਜੀ ਫਿਲਮ ਕਰਨੀ ਵੀਰੇ ਮੈਂ ਇਹ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਵੀਰੇ ਸਾਡੇ 'ਚ ਮਨੀ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈਗੀ ਪਹਿਲੀ ਫਿਲਮ ਦੇ ਵਿੱਚ ਉਹਦਾ ਸੈਕਿੰਡ ਫਿਲਮ ਮੈਂ ਵੀਰੇ ਨੂੰ ਕਿਹਾ ਰਾਈਟ ਨਾਲ ਮੈਂ ਕੈਮਰੇ 'ਤੇ ਕਹੂੰਗਾ ਵੀਰੇ ਮੈਂ ਆਪ ਫਿਲਮ ਕਰਨੀ ਹੈ ਮੈਨੂੰ ਬਾਹਰੋਂ ਆਉਂਦੀਆਂ ਜੋ ਵੀ ਐਕਸਪਾਇਰ ਮੈਂ ਨਹੀਂ ਕਰਨੀ ਆ ਹਾਲੇ ਫਿਲਹਾਲ ਮੈਂ ਆਪਾਂ ਇਕੱਠੇ ਕਰਦੇ ਮੈਂ 1 ਰੁਪਿਆ ਤੁਹਾਡੇ ਚਾਰਜ ਨਹੀਂ ਕਰਦਾ ਕੀ ਬਾਤ ਹੈ ਯਾਰ ਔਰ ਮੈਂ ਆਈ ਐਮ ਪ੍ਰਾਊਡ ਜਦੋਂ ਮੈਂ ਆਪਣੇ ਫਾਦਰ ਨੂੰ ਗੱਲ ਦੱਸੀ ਨਾ ਮੇਰੇ ਫਾਦਰ ਨੂੰ ਗੱਲ ਪਤਾ ਕਰ ਦੱਸੀ ਮੈਂ ਫਿਲਮ ਸ਼ੂਟ ਕਰਕੇ ਵਾਪਸ ਆ ਗਿਆ ਸੀ ਮੈਂ ਇੱਥੇ ਕੈਨੇਡਾ ਤੋਂ ਇੰਗਲੈਂਡ ਤੋਂ ਮੈਂ ਇੱਥੇ ਵਾਪਸ ਆ ਗਿਆ ਅੱਧੀ ਕੈਨੇਡਾ ਵੀ ਕੀਤੀ ਮੈਂ ਰੈਡੀ ਗੱਲ ਦੱਸਾਂ ਕਹਿੰਦੇ ਹਾਂਜੀ ਕੀ ਹੋਇਆ ਮੈਂ ਰੈਡੀ ਆਪਾਂ ਵੀਰੇ ਤੋਂ ਚਾਰਜ ਨਹੀਂ ਆਪਾਂ ਮਤਲਬ ਆਪਾਂ ਮੈਂ ਚਾਰਜ ਨਹੀਂ ਕਰ ਰਿਹਾ ਮੈਨੂੰ ਕੁਛ ਵੀ ਲਾਈਕ ਇੱਦਾਂ ਹੀ ਆਪਦੀ ਫਿਲਮ ਆਪਦੀ ਮੈਨੂੰ ਐਂ ਸਮਝੋ ਕਿ ਆਪਦੀ ਪ੍ਰੋਡਕਸ਼ਨ ਆ ਉਹਦੇ ਕਹਿੰਦੇ ਵਰਡਸ ਆਏ ਹਾਏ ਲਿਟਰਲੀ ਆ ਸੀ ਆਏ ਹਾਏ ਕੀ ਬਾਤ ਹੈ ਕਹਿੰਦੇ ਯਾਰ ਵੈਰੀ ਗੁੱਡ ਆਈ ਐਮ ਪ੍ਰਾਊਡ ਆਫ ਯੂ ਇੱਦਾਂ ਹੀ ਮਿਹਨਤ ਕਰੋ ਬਾਬਾ ਭਾਗ ਲਾਊਗਾ ਤਾਂ ਟੀਮਾਂ ਹੀ ਇੱਦਾਂ ਹੀ ਬਣਦੀਆਂ ਹੁੰਦੀਆਂ ਨੇ ਮਨੀ ਮੁਨੀ ਨਹੀਂ ਦੇਖਣੇ ਚਾਹੁੰਦੇ ਮੈਨੂੰ ਬੜਾ ਖੁਸ਼ੀ ਮਿਲੀ ਬਟ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਸਾਡੀ ਜਿਹੜੀ ਇਹ ਕਨਵਰਸੇਸ਼ਨ ਆ ਨਾ ਇਹ ਬੜੀ ਰੀਅਲ ਬੜੀ ਪੋਜ਼ਿਟਿਵ ਤੇ ਬੜੀ ਚੰਗੀ ਕਨਵਰਸੇਸ਼ਨ ਹੈ ਮੈਨੂੰ ਐਵੇਂ ਲੱਗਦਾ ਹੈ ਇੱਦਾਂ ਦੀ ਕਨਵਰਸੇਸ਼ਨ ਯੂ ਨੋ ਹੋਣ ਸੋ ਦੈਟ ਤੁਹਾਡਾ ਮਾਈਂਡ ਪੋਜ਼ਿਟਿਵ ਰਹੇ ਤੁਹਾਡਾ ਜਿਹੜਾ ਕਿਰਦਾਰ ਹੈਗਾ ਉਹ ਅਸਲ ਦੇਖ ਕੇ ਆਵੇ ਹਾਂਜੀ ਤਾਂ ਇਹ ਕਨਵਰਸੇਸ਼ਨ ਲਈ ਬੜਾ ਬੜਾ ਥੈਂਕ ਯੂ ਐਂਡ ਤੁਹਾਡੀ ਫਿਲਮ ਗੋਰਿਆਂ ਨੂੰ ਲੱਗਦੀ ਜ਼ਮੀਨ ਜੱਟ ਦੀ ਲਈ ਬਹੁਤ ਬਹੁਤ ਵਧਾਈਆਂ ਮੈਨੂੰ ਐਂ ਲੱਗਦਾ ਕਿ ਜਿਹੜਾ ਬੰਦਾ ਇਮਾਨਦਾਰੀ ਨਾਲ ਅੱਗੇ ਵੱਧਦਾ ਨਾ ਰੀਅਲਨੈਸ ਨਾਲ ਅੱਗੇ ਵੱਧਦਾ ਉਹਦੀ ਮਿਹਨਤ ਬੋਲਦੀ ਬੋਲਦੀ ਹੈ ਜ਼ਰੂਰ 100% ਤਾਂ ਤੁਹਾਡੀ ਦਿਲ ਸਾਫ਼ ਹੈ ਤੁਹਾਡੀ ਨੀਅਤ ਸਾਫ਼ ਹੈ ਤੁਹਾਡੇ ਮਨ 'ਚ ਕੋਈ ਧੋਖਾ ਨਹੀਂ ਕੋਈ ਧੜੀ ਨਹੀਂ ਰੱਬ ਨੇ ਤੁਹਾਨੂੰ ਬਹੁਤ ਦੇਣਾ ਆ ਮਾਲਕ ਤੁਹਾਡੇ ਕੰਮ 'ਚ ਤੁਹਾਡੀ ਜ਼ਿੰਦਗੀ 'ਚ ਬਹੁਤ ਬਰਕਤ ਪਾਵੇ ਸਾਡਾ ਕੰਮ ਹੈ ਵੀਰੇ ਮਿਹਨਤ ਕਰਨਾ ਵਾਹਿਗੁਰੂ ਨੇ ਭਾਗ ਲਾਉਣੇ ਯਾਰ ਜੇ ਮੈਂ ਆਪਦੇ ਲੋਇਲਟੀ ਨਾਲ ਜ਼ਰਾ ਸੱਚੇ ਦਿਲੋਂ ਕੰਮ ਕਰੂੰਗਾ ਅੱਜ ਨਹੀਂ ਤਾਂ ਕੱਲ੍ਹ ਵਾਹਿਗੁਰੂ ਨੇ ਭਾਗ ਲਾਉਣੀ ਲਾਉਣੇ ਇਹਨਾਂ ਮੈਨੂੰ 100% ਯਕੀਨ ਆ ਜਿਹੜੇ ਵੀ ਬੰਦੇ ਆਪਦੇ ਦਿਲ ਛੱਡੀ ਬੈਠਿਆ ਘਰਾਂ 'ਚ ਵੀ ਯਾਰ ਆਹ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਲੱਗੇ ਰਹੋ ਵਾਹਿਗੁਰੂ ਨੇ ਸੁਣਨਾ ਔਰ ਸੱਚੇ ਦਿਲੋਂ ਉਹਦੀ ਮਿਹਨਤ ਕਰੋਗੇ ਨਾ ਜੇ ਤੁਸੀਂ ਤੁਹਾਡੇ ਦਿਲ ਦੇ ਵਿੱਚ ਇੱਕ ਵੀ ਖੋਟ ਆ ਆਪ ਮੈਂ ਤਾਂ ਇੱਕ ਅਕਸਰ ਹੀ ਕਰਦਾ ਹੁੰਦਾ ਵੀ ਜਿਹੜਾ ਸਾਡਾ ਕੰਮ ਹੈ ਨਾ ਇਹ ਕ੍ਰੀਏਟੀਵਿਟੀ ਦਾ ਕੰਮ ਹੈ ਮੈਂ ਮਾਤਾ ਸਰਸਵਤੀ ਨੂੰ ਪੂਜਦਾ ਵੀ ਇਹਦੇ ਵਿੱਚ ਨਾ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਹੈ ਕਲੀਨਲੀਨੈਸ ਲਾਈਕ ਦਿਲ ਤੋਂ ਵੀ ਦਿਮਾਗ ਤੋਂ ਵੀ ਸਾਫ਼ ਦਿਲੋਂ ਕੰਮ ਕਰੋਗੇ ਨਾ ਕਿਸੇ ਨਾਲ ਕੋਈ ਫਾਇਦਾ ਨੁਕਸਾਨ ਬਾਅਦ 'ਚ ਬਾਅਦ ਦੀ ਗੱਲ ਆ ਕੰਮ ਜਿਹੜਾ ਤੁਹਾਨੂੰ ਕੰਮ ਮਿਲੇਗਾ ਉਹ ਤਾਂ ਜ਼ਿਆਦਾ 1000% ਦੇ ਹੋ ਗਿਆ ਹਨਾ ਬਾਬਾ ਭਾਗ ਕਿਉਂ ਨਹੀਂ ਲਾਊਗਾ ਯਾਰ ਹੁਣ ਇੱਕ ਚੀਜ਼ ਜਦੋਂ ਤੁਹਾਡੀ ਫਿਲਮ ਨੂੰ ਭਾਗ ਲੱਗ ਗਏ ਪਾਰਟੀ ਦਿਓਗੇ 100% ਮੈਨੂੰ ਐਂ ਲੱਗਦਾ ਕਿ ਪਾਰਟੀ ਬਾਈ ਕੁਛ ਨਹੀਂ ਹੁੰਦੀ ਸਿਰਫ ਨਾਲ ਇੱਕ ਕੱਪ ਚਾਹ ਹੀ ਬੜਾ ਇਹਨੇ ਹੁੰਦਾ ਤੇ ਆਈ ਵਿਸ਼ ਕਿ ਤੁਹਾਡੀ ਇਹ ਫਿਲਮ ਇੰਨੀ ਬੋਲੇ ਤੁਹਾਡਾ ਕੰਮ ਸਪੈਸ਼ਲੀ ਇੰਨੀ ਬੋਲੇ ਤੁਹਾਡੀ ਮਿਹਨਤ ਇੰਨੀ ਬੋਲੇ ਕਿ ਅਸੀਂ ਦੁਬਾਰਾ ਬਹਿ ਸਕੀਏ ਤਾਂ ਦੁਬਾਰਾ ਬਹਿ ਕੇ ਅਸੀਂ ਹੋਰ ਪੋਜ਼ਿਟਿਵ ਗੱਲਾਂ ਕਰ ਸਕੀਏ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਮੇਰੇ ਥੈਂਕ ਯੂ ਵੀਰੇ 18 ਅਕਤੂਬਰ ਨੂੰ ਫਿਲਮ ਮਾਰੀਏ ਦੇਖਣ ਜ਼ਰੂਰ ਜਾਏ ਗੋਵਰਨ ਲੱਗਦੀ ਜ਼ਮੀਨ ਜਾਂਦੀ ਥੈਂਕ ਯੂ ਸੋ ਮਚ